ਕਿਰਤੀ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ। ਕਿਰਤੀ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਦੇ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਦੇ ਨਾਲ ਭਰ ਜਾਣਾ, ਨਾ ਤੜਫਦਾ ਹੋਣਾ ਅਤੇ ਸਭ ਕੁਝ ਸਹਿਣ ਕਰ ਜਾਣਾ, ਕੰਮ ਤੋਂ ਘਰ ਲਈ ਨਿਕਲਣਾ ਅਤੇ ਘਰ ਤੋਂ ਕੰਮ ਲਈ ਨਿਕਲਣਾ ਅਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ। ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ, ਸੁਪਨਿਆਂ ਦਾ ਮਰ ਜਾਣਾ। ਅਵਤਾਰ ਸਿੰਘ ਪਾਤਸ਼ਾਹ ਉਹਨਾਂ ਦੀਆਂ ਲਾਈਨਾਂ ਨੇ ਜੀ, ਬਹੁਤ ਹੀ ਵਧੀਆ ਕਿ ਸੁਪਨੇ ਜਦੋਂ ਬੰਦੇ ਦੇ ਮਰ ਜਾਂਦੇ ਆ ਉਸ ਤੋਂ ਬਾਅਦ ਕੁਛ ਬਾਕੀ ਨਹੀਂ ਰਹਿ ਜਾਂਦਾ, ਬਾਕੀ ਸਾਰਾ ਕੁਛ ਬੰਦਾ ਸਹਿ ਲੈਂਦਾ, ਪਰ ਜੇ ਉਹਦੀ ਇੱਛਾ ਹੀ ਖਤਮ ਹੋ ਗਈ ਕਿਸੇ ਕੰਮ ਵਾਸਤੇ ਜਾਂ ਜੀਣ ਵਾਸਤੇ ਇੱਛਾ ਖਤਮ ਹੋ ਗਈ ਤਾਂ ਉਦੋਂ ਬਾਅਦ ਕੁਛ ਨਹੀਂ ਬਚਦਾ, ਉਦੋਂ ਬਾਅਦ ਤਾਂ ਸਾਰਾ ਕੁਛ ਖਤਮ ਹੀ ਹੋ ਜਾਂਦਾ। ਅਵਤਾਰ ਪਾਤਸ਼ਾਹ ਦੀਆਂ ਲਾਈਨਾਂ ਦਾ ਮੈਂ ਜ਼ਿਕਰ ਤਾਂ ਕੀਤਾ, ਕੱਲ੍ਹ 23 ਮਾਰਚ ਨੂੰ ਜਿੱਥੇ ਅਸੀਂ ਭਗਤ ਸਿੰਘ ਜੀ ਦੀ ਗੱਲ ਕਰ ਰਹੇ ਸੀਗੇ ਅਤੇ ਅਵਤਾਰ ਸਿੰਘ ਪਾਤਸ਼ਾਹ ਦਾ ਵੀ 23 ਮਾਰਚ ਨੂੰ ਹੀ ਬਰਸੀ ਜਿਹੜੀ ਹੈ ਉਹ ਆਉਂਦੀ ਹੈ। ਸੋ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜੀ, ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਹੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਮੇਰੇ ਖਿਆਲ ਬਹੁਤ ਘੱਟ ਸਮਾਂ ਇਹੋ ਜਿਹਾ ਹੁੰਦਾ ਜਦੋਂ ਪ੍ਰੋਗਰਾਮ ਤਕਰੀਬਨ ਟਾਈਮ ਸਿਰ ਸ਼ੁਰੂ ਹੋ ਜਾਂਦਾ ਜਾਂ ਇਉਂ ਕਹਿ ਲਈਏ ਕਿ ਟਾਈਮ ਤੋਂ ਵੀ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਸੋ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਇਹਦੇ 'ਚ ਵੀ ਉਸੇ ਤਰ੍ਹਾਂ ਲਾਈਵ ਕਾਲਾਂ ਲਵਾਂਗੇ, ਗੱਲਾਂ ਬਾਤਾਂ ਕਰਾਂਗੇ, ਵਿਸ਼ਾ ਵਸਤੂ ਰੱਖਾਂਗੇ ਨਾਲ ਦੀ ਨਾਲ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਅਗਰ ਕੱਲ੍ਹ 23 ਮਾਰਚ ਦੀ ਗੱਲ ਕਰੀਏ ਤਾਂ 23 ਮਾਰਚ ਨੂੰ ਭਗਤ ਸਿੰਘ ਦੀ ਅਸੀਂ ਗੱਲ ਕਰ ਰਹੇ ਸੀ, ਭਗਤ ਸਿੰਘ ਯੋਧੇ ਦੀ ਉਹਨਾਂ ਦੀਆਂ ਗੱਲਾਂ ਕਰ ਰਹੇ ਸੀ ਅਤੇ ਨਾਲ ਦੀ ਨਾਲ ਉਸ ਤੋਂ ਬਾਅਦ ਡਾਕਟਰ ਨਵਦੀਪ ਸ਼ਰਮਾ ਇੱਕ ਸੈਗਮੈਂਟ ਤੋਂ ਬਾਅਦ ਹੀ ਉਹਨਾਂ ਨਾਲ ਗੱਲਬਾਤ ਸ਼ੁਰੂ ਹੋ ਗਈ ਸੀ। ਅਤੇ ਮੈਂ ਦੇਖਿਆ ਸੀ ਬਹੁਤ ਸਾਰੀਆਂ ਕਾਲਾਂ ਜਿਹੜੀਆਂ ਭਗਤ ਸਿੰਘ ਜੀ ਬਾਰੇ ਕੋਈ 2 ਸ਼ਬਦ ਕਹਿਣੀਆਂ ਚਾਹੁੰਦੇ ਸੀ, ਜਾਂ ਜਿਹੜੇ ਸਾਡੇ ਪੱਕੇ ਕਾਲਰ ਨੇ ਈਵਨ ਕਿ ਉਹ ਭਗਤ ਸਿੰਘ ਜੀ ਬਾਰੇ ਕੁਝ ਸੁਣਨਾ ਸੁਣਾਉਣਾ ਚਾਹੁੰਦੇ ਸੀ, ਕੋਈ ਨਾ ਕਵਿਤਾ ਵਗੈਰਾ, ਅਤੇ ਉਹਨਾਂ ਨੂੰ ਕੱਲ੍ਹ ਮੌਕਾ ਨਹੀਂ ਮਿਲਿਆ। ਸੋ ਅੱਜ ਅਸੀਂ ਇਹ ਜ਼ਰੂਰ ਇੰਨੀ ਕੁ ਵਿੱਚ ਰੱਖਾਂਗੇ ਫਲੈਕਸੀਬਿਲਿਟੀ ਕਿ ਤੁਸੀਂ ਗੱਲ ਕਰ ਸਕਦੇ ਹੋ ਕੱਲ੍ਹ ਵਾਲੇ ਵਿਸ਼ੇ 'ਤੇ ਵੀ। ਕੱਲ੍ਹ ਬਹੁਤ ਸਾਰੀਆਂ ਕਾਲਾਂ, ਵੈਸੇ ਡਾਕਟਰ ਨੂੰ ਸਵਾਲ ਕਰਨ ਵਾਸਤੇ ਤਾਂ ਬਹੁਤ ਸਾਰੀਆਂ ਫਿਰ ਕਾਲਾਂ ਆਈਆਂ, ਅਤੇ ਭਗਤ ਸਿੰਘ ਜੀ ਦੀ ਗੱਲ ਕਰਨ ਵਾਸਤੇ ਲੋਕ ਥੋੜ੍ਹੇ ਜਿਹਾ ਰਹਿ ਗਏ ਸੀਗੇ। ਸੋ ਕਿਸੇ ਨੇ ਕੋਈ ਕਵਿਤਾ, ਗੱਲਬਾਤ ਕਰਨੀ ਕਰਾਉਣੀ ਹੋਵੇ, ਸੁਣਾਉਣੀ ਹੋਵੇ ਤਾਂ ਜ਼ਰੂਰ ਭਗਤ ਸਿੰਘ ਜੀ ਦੀ ਅਸੀਂ ਗੱਲ ਕਰ ਸਕਦੇ ਹਾਂ। ਨਾਲ ਮੈਂ ਗੱਲ ਕੀਤੀ ਅਵਤਾਰ ਸਿੰਘ ਪਾਤਸ਼ਾਹ ਦੀ, ਜਿੱਥੇ ਇੱਕ ਸਾਡੇ ਇਨਕਲਾਬੀ ਯੋਧਾ ਦਾ ਸ਼ਹੀਦੀ ਦਿਹਾੜਾ ਸੀਗਾ, ਉੱਥੇ ਹੀ ਇਨਕਲਾਬੀ ਕਵੀ ਜਿਹੜਾ ਹੈਗਾ ਉਹਦੀ ਵੀ ਬਰਸੀ ਸੀਗੀ। ਕਿਉਂਕਿ ਸਰਕਾਰਾਂ ਇਹੋ ਜਿਹੀ ਕਲਮ ਜਿਹੜਾ ਵੀ ਕੋਈ ਲਿਖਦਾ ਉਹ ਤੋਂ ਦੁਖੀ ਹੋ ਜਾਂਦੀਆਂ ਅਕਸਰ ਵੀ ਭਾਈ ਇਹ ਸੱਚ ਬਾਹਲਾ ਲਿਖਦਾ, ਇਹਦਾ ਹੱਲ ਕੀ ਕਰਨਾ। ਕਿਹਾ ਇਹ ਜਾਂਦਾ ਕਿ 23 ਮਾਰਚ 1988 ਨੂੰ ਅਵਤਾਰ ਸਿੰਘ ਪਾਤਸ਼ਾਹ ਦਾ ਗੋਲੀਆਂ ਮਾਰ ਕੇ ਖਾੜਕੂਆਂ ਵੱਲੋਂ ਜਾਂ ਅੱਤਵਾਦੀਆਂ ਜਿਹਨੂੰ ਕਹਿੰਦੇ ਉਹਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀਗਾ। ਪਰ ਇਹਦੇ ਪਿੱਛੇ ਵੀ ਕਈ ਰਾਜ ਲੱਗਦੇ ਨੇ, ਕਈ ਕਾਰਨ ਲੱਗਦੇ ਨੇ। ਜਦੋਂ ਉਹ ਲਿਖਦਾ ਕਿ ਮੇਰੇ ਤੋਂ ਉਮੀਦ ਨਾ ਰੱਖਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲ ਸਵਾਦਾਂ ਦੀ ਗੱਲ ਕਰਾਂਗਾ, ਤਾਂ ਵਾਕਿਆ ਹੀ ਸਰਕਾਰਾਂ ਦਾ ਦੁਖੀ ਹੋਣਾ ਬਣ ਜਾਂਦਾ। ਸੋ ਅੱਜ ਅਸੀਂ ਜੇ ਗੱਲ ਕਰੀਏ ਅਵਤਾਰ ਸਿੰਘ ਪਾਤਸ਼ਾਹ ਦੀ ਗੱਲ ਕਰੀਏ, ਤਾਂ ਉਸ ਤੋਂ ਪਹਿਲਾਂ ਜਿਹੜੀ ਹੈ ਭਗਤ ਸਿੰਘ ਜੀ ਦੀ ਗੱਲ ਕਰੀਏ, ਅਤੇ ਨਾਲ ਦੀ ਨਾਲ ਅਸੀਂ ਕੋਈ ਨਾ ਕੋਈ ਵਿਸ਼ਾ ਲੈ ਕੇ ਉਹਦੀ ਵੀ ਗੱਲ ਜ਼ਰੂਰ ਕਰਾਂਗੇ। ਪਰ ਉਸ ਤੋਂ ਪਹਿਲਾਂ ਗੱਲ ਜਿਹੜੀ ਥੋੜ੍ਹੀ ਜਿਹੀ ਕਰ ਲਈਏ, ਕੱਲ੍ਹ ਦੀ ਇੱਕ ਤਾਜ਼ਾ ਖਬਰ ਸੀ। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਖਬਰ ਆਈ ਸੀ ਉਹ, ਅਤੇ ਬੜੀ ਹੈਰਾਨ ਕਰਨ ਵਾਲੀ ਸੀ ਵੀ ਅੱਛਾ ਐਸਾ ਵੀ ਹੋਤਾ ਹੈ। ਤਾਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਟ ਹੈਪਨਸ ਓਨਲੀ ਇਨ ਇੰਡੀਆ, ਵੀ ਇਹੋ ਜਿਹਾ ਇੰਡੀਆ ਦੇ ਵਿੱਚ ਹੀ ਹੋ ਸਕਦਾ। ਕਾਫੀ ਦੇਰ ਪਹਿਲਾਂ ਤੁਹਾਨੂੰ ਯਾਦ ਹੋਣਾ ਵੀ ਇੱਕ ਅਖਬਾਰ ਦੇ ਵਿੱਚ ਫੋਟੋ ਆਈ ਸੀ, ਇਸ਼ਤਿਹਾਰ ਵੱਡਾ ਸਾਰਾ ਆਇਆ ਸੀਗਾ ਵੀ ਕੈਪਟਨ ਸਰਕਾਰ ਨੇ ਸਮਾਰਟਫੋਨ ਵੰਡੇ, ਅਤੇ ਨਾਲ ਇੱਕ ਨੌਜਵਾਨ ਮੁੰਡੇ ਦੀ ਫੋਟੋ ਲੱਗੀ ਸੀ ਵੀ ਭਾਈ ਮੈਨੂੰ ਕੈਪਟਨ ਸਾਹਿਬ ਨੇ ਸਮਾਰਟਫੋਨ ਦਿੱਤੇ ਅਤੇ ਇੰਨੇ ਨੌਜਵਾਨਾਂ ਨੂੰ ਹੋਰ ਦਿੱਤੇ ਆ, ਕੈਪਟਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ। ਹੁਣ ਜਿਹੜੇ ਨੌਜਵਾਨ ਦੀ ਫੋਟੋ ਸੀਗੀ ਉਹ ਬੈਠਾ ਸੀ ਦਿੱਲੀ ਧਰਨੇ ਦੇ ਵਿੱਚ, ਉਹਨੇ ਜਦੋਂ ਫੋਟੋ ਦੇਖੀ ਘਰਦਿਆਂ ਤੋਂ ਪਹਿਲਾਂ ਚਾਹ ਚੜ੍ਹ ਗਿਆ ਵੀ ਸਾਡੇ ਮੁੰਡੇ ਦੀ ਫੋਟੋ ਆਈ ਅਖਬਾਰ ਦੇ ਵਿੱਚ। ਜਦੋਂ ਆਈ ਕਾਹਦੇ ਵਾਸਤੇ ਪਤਾ ਲੱਗਿਆ ਵੀ ਉਹ ਫਿਰ ਕਹਿੰਦੇ ਵੀ ਆ ਤਾਂ ਭਾਈ ਗੱਲ ਕੋਈ ਹੋਈ ਨਹੀਂ, ਨਾ ਸਾਨੂੰ ਕੋਈ ਫੋਨ ਮਿਲਿਆ ਨਾ ਵਾਸਤਾ, ਤਾਂ ਸਾਡੀ ਫੋਟੋ ਪਤਾ ਨਹੀਂ ਕਿੱਥੋਂ ਚੱਕ ਕੇ ਲਾਤੀ। ਸੋ ਉਹਦਾ ਕਾਫੀ ਰੌਲਾ ਪਿਆ ਸੀ, ਉਹ ਮੁੰਡੇ ਦੀ ਫੋਟੋ ਉਈ ਲਾਤੀ ਸੀ ਅਤੇ ਉਹਨੇ ਵੀ ਕਿਹਾ ਸੀ ਕਿ ਮੈਨੂੰ ਕੋਈ ਫੋਨ ਨਹੀਂ ਮਿਲਿਆ, ਕੋਈ ਗੱਲ ਨਹੀਂ ਹੈਗੀ, ਅਤੇ ਨਾ ਮੈਂ ਫੋਨ ਲੈਣਾ ਹੀ ਆ, ਅਤੇ ਇਹ ਇੱਦਾਂ ਹੀ ਫੋਟੋ ਚੱਕ ਕੇ ਲਾਈ ਹੈਗੀ ਆ। ਇਹ ਮੇਰੇ ਖਿਆਲ ਦੂਜੀ ਗੱਲ ਜਿਹੜੀ ਹੈ ਉਹ ਕੱਲ੍ਹ ਫਿਰ ਸਾਹਮਣੇ ਆਈ, ਕੱਲ੍ਹ ਪਰਸੋਂ ਇੱਕ ਮੋਦੀ ਸਾਹਿਬ ਨੇ ਕਹਿੰਦੇ ਵੀ 24 ਲੱਖ ਲੋਕਾਂ ਨੂੰ ਘਰ ਦਿੱਤੇ ਨੇ, ਬੇਘਰਿਆਂ ਨੂੰ ਘਰ ਕਹਿੰਦੇ ਦਿੱਤੇ ਆ ਗ੍ਰਾਮ ਆਵਾਸ ਯੋਜਨਾ ਦੇ ਅਧੀਨ।
ਤੇ ਉਹਦੀ ਵੀ ਇੱਕ ਫੋਟੋ ਕਿਸੇ ਲੇਡੀ ਦੀ ਅਖਬਾਰ ਦੇ ਵਿੱਚ ਲੱਗੀ ਸੀ ਵੀ ਮੈਨੂੰ ਮੋਦੀ ਸਾਹਿਬ ਨੇ ਘਰ ਦਿੱਤਾ ਮੈਂ ਇਨਕੀ ਬਹੁਤ ਆਭਾਰੀ ਹਾਂ ਤੋ ਮੇਰੇ ਜੈਸੇ 24 ਲੱਖ ਲੋਕੋ ਕੋ ਔਰ ਇਹਨਾਂ ਨੇ ਘਰ ਦਿੱਤੇ ਹਨ ਤੇ ਬਹੁਤ ਬਹੁਤ ਮਿਹਰਬਾਨੀ ਚਲੋ ਜੀ ਮੀਡੀਆ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ ਕੋਈ ਬੜਾ ਔਖਾ ਨਹੀਂ ਕੰਮ ਕੋਈ ਰਿਕਾਰਡ ਕਰਨਾ ਕੋਈ ਕੁਛ ਕਰਨਾ ਐਨਕਾਂ ਦੇ ਵਿੱਚ ਵੀ ਕੈਮਰਾ ਲੱਗ ਜਾਂਦਾ ਟੋਪੀ 'ਚ ਵੀ ਕੈਮਰਾ ਲੱਗ ਜਾਂਦਾ ਪਰਸ 'ਚ ਵੀ ਲੱਗ ਜਾਂਦਾ ਪੈਨ 'ਚ ਵੀ ਲੱਗ ਜਾਂਦਾ ਜਿੱਥੇ ਮਰਜ਼ੀ ਕੈਮਰਾ ਲਾ ਲਓ ਔਰ ਚੰਗੀ ਕੁਆਲਿਟੀ ਦੀ ਰਿਕਾਰਡਿੰਗ ਹੋ ਜਾਂਦੀ ਆ ਚਲੋ ਇਹਦੇ 'ਚ ਇਹ ਚੀਜ਼ ਦੀ ਨੋਬਤ ਨਹੀਂ ਆਈ ਇਹਦੇ 'ਚ ਮੀਡੀਆ ਨੇ ਕੀ ਕੀਤਾ ਜਾ ਕੇ ਉਹ ਲੇਡੀ ਨੂੰ ਲੱਭਿਆ ਉਹਨੂੰ ਅਖਬਾਰ ਦੀ ਦਿਖਾਈ ਵੀ ਇਹ ਫੋਟੋ ਤੇਰੀ ਹੈ ਕਹਿੰਦੀ ਹਾਂਜੀ ਮੇਰੀ ਹੈ ਫੋਟੋ ਮੁਝੇ ਪੜ੍ਹਨਾ ਨਹੀਂ ਆਤਾ ਲੇਕਿਨ ਮੁਝੇ ਫੋਟੋ ਮੇਰੀ ਹੈ ਕਹਿੰਦੀ ਉਹ ਕਹਿੰਦੇ ਵੀ ਤੈਨੂੰ ਪਤਾ ਕਦ ਲਈ ਫੋਟੋ ਆਈ ਤੇਰੀ ਕਹਿੰਦੀ ਨਹੀਂ ਮੈਨੂੰ ਤਾਂ ਸਵੇਰੇ ਆ ਕੇ ਜਦੋਂ ਮੁਹੱਲੇ ਵਾਲੀਆਂ ਕਈ ਜਨਾਨੀਆਂ ਨੇ ਕਿਹਾ ਵੀ ਵਧਾਈਆਂ ਦਿੱਤੀਆਂ ਵੀ ਤੇਰੀ ਫੋਟੋ ਅਖਬਾਰ 'ਚ ਆਈ ਤੂੰ ਇਹੋ ਜਿਹਾ ਕੀ ਕਰਤਾ ਬੜੀ ਫੋਟੋ ਆਈ ਤਾਂ ਮੈਨੂੰ ਪਤਾ ਨਹੀਂ ਲੱਗਿਆ ਅਤੇ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਇਹ ਘਰ ਕੋਈ ਮੋਦੀ ਸਾਹਿਬ ਨੇ ਦਿੱਤੇ ਨੇ ਅਤੇ ਇਹ ਮੈਨੂੰ ਵੀ ਘਰ ਇਹਨਾਂ 'ਚੋਂ ਮਿਲਿਆ ਪਰ ਉਹਨੂੰ ਜਦੋਂ ਪੁੱਛਿਆ ਵੀ ਤੈਨੂੰ ਘਰ ਮਿਲਿਆ ਕਹਿੰਦੀ ਵੀ ਨਹੀਂ ਉਹਨੇ ਆਪਦੀ ਝੌਪੜੀ ਦਿਖਾਤੀ ਮੈਂ ਤਾਂ ਇੱਥੇ ਰਹਿੰਦੀ ਬੜੀ ਦੇਰ ਤੋਂ ਅਤੇ ਇੱਥੇ ਹੀ ਅਜੇ ਵੀ ਰਹਿ ਰਹੀ ਮੈਨੂੰ ਕੋਈ ਘਰ ਨਹੀਂ ਮਿਲਿਆ ਸੋ ਇਹ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਵੀ ਇਹ ਚਲੋ ਮੋਦੀ ਸਾਹਿਬ ਨੇ ਥੋੜ੍ਹੀ ਜਾ ਕੇ ਫੋਟੋ ਖਿੱਚੀ ਹੋਣੀ ਜਾਂ ਕੈਪਟਨ ਨੇ ਥੋੜ੍ਹੀ ਉਹ ਮੁੰਡੇ ਦੀ ਫੋਟੋ ਖਿੱਚੀ ਹੋਣੀ ਜਾ ਕੇ ਜਾਂ ਕਿਹਾ ਹੋਰ ਉਹਨੂੰ ਜਾ ਕੇ ਰਿਕੁਐਸਟ ਕੀਤੀ ਭਾਈ ਸਾਹਿਬ ਆਪਣੀ ਤੁਹਾਡੀ ਫੋਟੋ ਦੇ ਦਿਓ ਜੀ ਅਖਬਾਰ 'ਚ ਲਾਉਣੀ ਹੈ ਜਾਂ ਮੋਦੀ ਸਾਹਿਬ ਨੇ ਉਹਨੂੰ ਕਿਹਾ ਹੋ ਮੋਦੀ ਨੇ ਜਾ ਕੇ ਵੀ ਭਾਈ ਬੀਬੀ ਹਰਦਿਆ ਤੇਰੀ ਫੋਟੋ ਤੁਹਾਰੀ ਚਾਹੀਏ ਹਮ ਮਿੱਤਰੋ ਬਹਿਨੋ ਆਪਕੀ ਫੋਟੋ ਅਖਬਾਰ ਨੇ ਦੇ ਦੇਂਗੇ ਇੱਦਾਂ ਦੀ ਗੱਲ ਨਹੀਂ ਹੈ ਗੱਲ ਇਹ ਹੋਏਗੀ ਵੀ ਪਬਲਿਕ ਰਿਲੇਸ਼ਨ ਦੀ ਡਿਊਟੀ ਹੁੰਦੀ ਆ ਪਬਲਿਕ ਰਿਲੇਸ਼ਨ ਨੇ ਇਤਿਹਾਸ ਇਸ਼ਤਿਹਾਰ ਬਣਾ ਕੇ ਲਾਉਣੇ ਹੁੰਦੇ ਆ ਅਤੇ ਇਹ ਪਬਲਿਕ ਰਿਲੇਸ਼ਨ ਵਾਲਾ ਜਿਹੜਾ ਬੰਦਾ ਹੋਏਗਾ ਉਹਨੇ ਇਹ ਇਸ਼ਤਿਹਾਰ ਬਣਾਏ ਅਤੇ ਬਣਾ ਕੇ ਉਦੋਂ ਬਾਅਦ ਲਾ ਤੇ ਫੋਟੋ ਉਹਨਾਂ ਨੂੰ ਜਿਹੜੀ ਚੰਗੀ ਕੁਆਲਿਟੀ ਦੀ ਮਿਲੀ ਉਹਨਾਂ ਨੇ ਉਹ ਲਾ ਤੀ ਇਹ ਕੰਮ ਨਹੀਂ ਦੇਖਿਆ ਵੀ ਕਿਵੇਂ ਕਰਦੇ ਕਿਵੇਂ ਨਹੀਂ ਕਰਦੇ ਮੈਂ ਵੀ ਖੈਰ ਕੰਮ ਕੀਤਾ ਕਾਫੀ ਪੋਲੀਟੀਕਲ ਪਾਰਟੀਆਂ ਦਾ ਵੀਡੀਓ ਬਣਾਈਆਂ ਕਾਫੀ ਮੈਂ ਵੀ ਅਤੇ ਜਦੋਂ ਭਗਵੰਤ ਮਾਨ ਤੋਂ ਅਲੱਗ ਹੋਇਆ ਸੀ ਤਾਂ ਉਦੋਂ ਪਰ ਮੈਂ ਇੱਦਾਂ ਨਹੀਂ ਸੀ ਕਰਦਾ ਮੈਂ ਸਾਰਿਆਂ ਦੀਆਂ ਸਾਰਿਆਂ ਕੋਲੋਂ ਪੁੱਛ ਲੈਂਦਾ ਇਹ ਸਵਾਲ ਵੀ ਦੱਸੋ ਜੀ ਕੀ ਕਹਿਣਾ ਚਾਹੁੰਦੇ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਸਰਕਾਰ ਬਾਰੇ ਵੀ ਜਿਹੜੇ ਜਿਹੜੇ ਅਗਲੇ ਦੇ ਹੱਕ ਦੇ ਹੁੰਦੇ ਸੀ ਉਹ ਰੱਖ ਲਈਦੇ ਸੀ ਉਹਨੂੰ ਅਤੇ ਦੂਸਰੇ ਜਿਹੜੇ ਉਹ ਛੱਡ ਦਈਦੇ ਸੀ ਚਲੋ ਘੱਟੋ ਘੱਟ ਇੰਨਾ ਕੁ ਤੂੰ ਜਾਇਜ਼ ਹੈਗਾ ਵੀ ਅਸੀਂ ਘੱਟੋ ਘੱਟ ਕਿਸੇ ਦਾ ਨਜਾਇਜ਼ ਜਿਹੜਾ ਉਹ ਕੰਮ ਨਹੀਂ ਕਰਦੇ ਕਿਸੇ ਨੂੰ ਨਜਾਇਜ਼ ਤੰਗ ਨਹੀਂ ਕਰਦੇ ਹੁਣ ਅਗਲੀ ਗੱਲ ਕਰ ਲਈਏ ਤਾਂ ਭਾਰਤ ਦੀਆਂ 18 ਸਟੇਟਾਂ ਐਸੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਕਰੋਨਾ ਦੇ ਨਾਲ ਕੋਈ ਮੌਤ ਨਹੀਂ ਹੋਈ 18 ਸਟੇਟਾਂ ਦੇ ਵਿੱਚ ਪਰ ਸਭ ਤੋਂ ਵੱਧ ਜਿੱਥੇ ਕਹਿੰਦੇ ਵੀ ਕਹਿਰ ਟੁੱਟਿਆ ਅਤੇ ਉਹ ਹੈਗਾ ਜੀ ਪੰਜਾਬ ਦੇ ਵਿੱਚ ਅਤੇ ਮਹਾਰਾਸ਼ਟਰ ਦੇ ਵਿੱਚ ਔਰ ਇਹ ਗੱਲ ਦੀ ਸਮਝ ਨਹੀਂ ਆ ਰਹੀ ਵੀ ਕਰੋਨਾ ਕੀ ਹੈਗਾ ਕਿੱਥੇ ਹੈਗਾ ਕਿਉਂ ਹੈਗਾ ਜਿਉਂ ਹੈਗਾ ਇੱਕ ਨਵੀਂ ਚੀਜ਼ ਜਿਹੜੀ ਭਾਰਤ ਦੇ ਵਿੱਚ ਸਾਹਮਣੇ ਆਈ ਆ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਪਾ ਰਹੇ ਨੇ ਕਿ ਮੈਂ ਡਾਕਟਰ ਹੂੰ ਮੈਨੇ ਕਰੋਨਾ ਕੀ ਦੋਨੋਂ ਦਵਾਈਆਂ ਲਗਵਾ ਲਈ ਵੀ ਟੀਕੇ ਲਗਵਾ ਲਈ ਅਤੇ ਮੁਝੇ ਫਿਰ ਕਰੋਨਾ ਹੋ ਗਿਆ ਫਲਾਨਾ ਹੋ ਗਿਆ ਧਮਕੜਾ ਹੋ ਗਿਆ ਇਹੋ ਜਿਹਾ ਬੜਾ ਰੌਲਾ ਚੱਲਦਾ ਵੀ ਇਹਦੇ ਤੋਂ ਇਹ ਗੱਲ ਸਿੱਧ ਹੁੰਦੀ ਹੈ ਵੀ ਜਾਂ ਤਾਂ ਭਾਈ ਜਿਹੜੀ ਵੈਕਸੀਨ ਆ ਇੰਡੀਆ ਦੇ ਵਿੱਚ ਉਹ ਨਕਲੀ ਹੈ ਅਤੇ ਜਾਂ ਫਿਰ ਕਰੋਨਾ ਨਕਲੀ ਹੈ ਇਹੀ ਗੱਲ ਹੋ ਸਕਦੀ ਦੂਜੀ ਗੱਲ ਇਹ ਹੈ ਵੀ ਜੇ ਕਿਸੇ ਨੂੰ ਬਾਈ ਚਾਂਸ ਅਸੀਂ ਕਹਿ ਲਈਏ ਵੀ ਦੋਨੋਂ ਦਵਾਈਆਂ ਲੱਗਣ ਤੋਂ ਬਾਅਦ ਹੋ ਵੀ ਗਿਆ ਉਹਦੇ ਕੋਈ ਕਈ ਹੋਰ ਕਾਰਨ ਜਿਹੜੇ ਆ ਉਹ ਹੋ ਸਕਦੇ ਆ ਚੰਗੇ ਪਾੜੇ ਹੋ ਸਕਦੇ ਆ ਵੀ ਭਾਈ ਤੁਸੀਂ ਬਾਕੀਆਂ ਨੂੰ ਕਾਹਨੂੰ ਡਰਾਉਂਦੇ ਹੋ ਤੁਹਾਨੂੰ ਹੋ ਗਿਆ ਤੁਸੀਂ ਬਾਕੀਆਂ ਨੂੰ ਤਾਂ ਨਾ ਘੱਟੋ ਘੱਟ ਡਰਾਓ ਉਹਨਾਂ ਨੂੰ ਤਾਂ ਕਰੋਨਾ ਜਿਹੜੀ ਵੈਕਸੀਨ ਲੱਗਣ ਦਿਓ ਪਰ ਕਰੋਨਾ ਵੈਕਸੀਨ ਜਿਹੜੀ ਹੈ ਭਾਰਤ ਦੇ ਵਿੱਚ ਲੋਕ ਡਰਦੇ ਆ ਹਜੇ ਲਵਾਉਣ ਤੋਂ ਉਹ ਵੀ ਮੇਰੇ ਖਿਆਲ ਜਿਵੇਂ ਪਹਿਲਾਂ ਫੜ ਫੜ ਕੇ ਧੱਕੇ ਨਾਲ ਪੁਲਿਸ ਵਾਲੇ ਗੱਡੀਆਂ ਸਿੱਟ ਕੇ ਲਿਆਉਂਦੇ ਸੀਗੇ ਹੋਸਪਿਟਲ ਦੇ ਵਿੱਚ ਜਿਹੜਾ ਵੀ ਮਾੜਾ ਮੋਟਾ ਲੱਗਦਾ ਸੀ ਕੋਈ NRI ਅਤੇ ਹੁਣ ਇਹ ਵੀ ਵੈਕਸੀਨ ਲਾਉਣ ਵਾਸਤੇ ਵੀ ਇਹਨਾਂ ਨੇ ਇਹੀ ਕੰਮ ਵਰਤਣਾ ਜਿਹੜਾ ਪਹਿਲਾਂ ਪੁਲਿਸ ਨੇ ਵਰਤਿਆ ਸੀ ਬਹੁਤ ਬਹੁਤ ਜ਼ਿਆਦਾ ਪਹਿਲਾਂ ਤਸ਼ੱਦਦ ਲੋਕਾਂ ਦੇ ਕੀਤੇ ਸੀ ਉਹਨਾਂ ਕਰੋਨਾ ਨੂੰ ਭਜਾਉਣ ਵਾਸਤੇ ਵੀ ਉਹ ਜ਼ੋਰ ਨਹੀਂ ਲੱਗਿਆ ਜਿੰਨਾ ਲੋਕਾਂ ਨੂੰ ਭਜਾਉਣ ਵਾਸਤੇ ਜ਼ੋਰ ਲੱਗਿਆ ਸੀਗਾ ਪੁਲਿਸ ਦਾ ਕਹਿ ਲਈਏ ਭਾਰਤ ਦੇ ਵਿੱਚ ਚਲੋ ਜੀ ਕੁੱਲ ਮਿਲਾ ਕੇ ਮੋਦੀ ਸਾਹਿਬ ਦਾ ਅੱਜ ਦਾ ਵੀ ਤਾਜ਼ਾ ਇਹ ਬਿਆਨ ਹੈਗਾ ਵੀ ਜੋ ਲੋਕ ਅੱਜ ਇਹਦੇ ਵਿਰੋਧ ਵਿੱਚ ਨੇ ਜਿਹੜਾ ਬਿੱਲ 3 ਪਾਸ ਕੀਤੇ ਨੇ ਜੋ ਲੋਕ ਉਹਦੇ ਵਿਰੋਧ ਦੇ ਵਿੱਚ ਨੇ ਕੱਲ੍ਹ ਨੂੰ ਇਹੀ ਲੋਕ ਕਹਿਣਗੇ ਜੀ ਇਹ ਤਾਂ ਮੋਦੀ ਸਾਹਿਬ ਨੇ ਬਹੁਤ ਅੱਛਾ ਕੀਤਾ ਹੈ ਇਹ ਪਤਾ ਨਹੀਂ ਕਿਉਂ ਕਹਿਣਗੇ ਕਿਉਂ ਨਹੀਂ ਕਹਿਣਗੇ ਪਰ ਕਿਸਾਨ ਹਜੇ ਵੀ ਡਟੇ ਹੋਏ ਆ ਕਾਫੀ ਵਧੀਆ ਤਰੀਕੇ ਦੇ ਨਾਲ ਜਿਹੜੇ ਧਰਨੇ ਉਹ ਚੱਲ ਰਹੇ ਨੇ ਆਉਣ ਵਾਲਾ ਸਮਾਂ ਦੱਸੇਗਾ ਧਰਨੇ ਦੀ ਗੱਲ ਨਾਲ ਹੋਊਗੀ ਅਤੇ ਨਾਲ ਨਾਲ ਥੋੜ੍ਹੀ ਜਿਹੀ ਪੰਜਾਬ ਦੀ ਗੱਲ ਕਰਕੇ ਅਤੇ ਉਦੋਂ ਬਾਅਦ ਆਪਾਂ ਵਿਸ਼ੇ ਵੱਲ ਚੱਲਾਂਗੇ ਅਤੇ ਅੱਜ ਅਰਜਨ ਸਿੰਘ ਅਣਜਾਣ ਸਾਹਿਬ ਜਿਹੜੇ ਆ ਉਹ ਵੀ ਸਾਡੇ ਨਾਲ ਜੁੜਨਗੇ ਅਵਤਾਰ ਪਾਸ਼ ਦੀ ਆਪਾਂ ਗੱਲ ਕਰ ਰਹੇ ਸੀ 1972 ਦੇ ਵਿੱਚ ਉਹਨਾਂ ਦੀ ਲੋਕ ਕਥਾ ਜਿਹੜੀ ਪਹਿਲੀ ਆਈ ਸੀਗੀ 1970 ਦੇ ਵਿੱਚ ਬਹੁਤ ਪਾਪੂਲਰ ਹੋਈ ਸੀ ਅਤੇ ਉਹ ਕਹਿੰਦੇ ਨੇ ਵੀ ਜੇ ਸਵੇਰੇ ਨਹੀਂ ਤਾਂ ਸ਼ਾਮ ਦੇਣਾ ਪਏਗਾ ਸੂਰਜ ਦੇ ਕਾਤਲਾਂ ਨੂੰ ਇਲਜ਼ਾਮ ਦੇਣਾ ਪਏਗਾ ਭੂਤਰੀ ਸ਼ੈਤਾਨਗੀ ਨੂੰ
नथ पौनी पएगी हर चौराहे ते बली शैतान देना पएगा तोड़ दित्ते जाणगे हुण हौसले तूफान दे तोड़ दित्ते जाणगे हुण हौसले तूफान दे दीवियां नूं सिदक दा पैगाम देना पएगा दीवियां नूं सिदक दा पैगाम देना पएगा। सो हुण मैनूं लगदा वी जिहड़ियां इह लाइनां ने अवतार पाठ साहिब दीआं किसान अंदोलन ते बिल्कुल ढुकदियां ने सरकारां ते बिल्कुल ढुकदियां ने ते हुण तूफान दे हौसले तोड़ दित्ते जाणगे ते दीवियां नूं सिदक दा पैगाम जिहड़ा उह देण दी लोड़ आ गई है। चलो ये तो होगी गलबात। हुण अर्जन सिंह अंजाण साहब नाल गलबात करन तों पहिलां आपां विशा थोड़ा जिहा थोड़े नाल सांझा कर लईए। हुण राजनीति दी गल चली आ ते भाई समां फिर आ गया रुस्सियां नूं मनाउण दा ते धमकाउण दा जां फिर केसां विच फसाउण दा, क्योंकि अज आप बीजेपी दे इक मंगियां तों हैगे विधायक सीगे मास्टर मोहन लाल, उहनां दा बयान आया वी बहुत छेती बीजेपी ते अकाली दल दा दुबारा समझौता हो रहा, दुबारा कलैबरेशन हो रही है। और बड़ी हैरानी होई भी यह फिर उन्नी क देर वास्ते ही जिन्नी क देर वास्ते लगता सीगा वी हुण सानूं इस चीज़ का फायदा होना जे इस गल च सच्चाई है, तां क्योंकि रुस्सियां नूं मनाउण दा हुण समां जिहड़ा आ गया, रुस्सियां नूं फिर मना रहे ने जिहड़े कि हुण कहिंदे जिवें राज बराड दा गीत सी इक वी कीड़ियां दे घरां च नारायण आउणगे, हुण नारायण आप चल के आउणगे ते रुस्से हुण जिहड़े लीडर किसी भी पार्टी दे ने उहनां नूं मनाउण वास्ते समझाउण वास्ते सारयां दा जोर पूरा लगा। अकाली दल वाले भी लगे हुए ने, कांग्रेस वाले भी लगे हुए ने, उधरों सिद्धू साहब ने हजे भी उत्थे ही आ सूई अड़ी हुई कोई पता नहीं कहते अड़ी हुई आ, तो कैप्टन साहब कहिंदे ने भी मेरा तजर्बा ही मेरी ताकत हैगी सब तो वड्डी। हुण तजर्बा उन्हां दा कादा ये हुण आपां नूं सारयां नूं पता भी कादा दा 10 साल दा तो मुख्यमंत्री दा तजर्बा हो गया उहदा, आह 5 साल दा तो पहलां भी मैं मुख्यमंत्री बने सी काफ़ी तजर्बा हो गया, बाकी होर भी किहड़ा तजर्बा घुमण घमण दा होऊगा वो चलो आपां उस गल तों की लैणा। मुकदी गल है जी राजनीति दे विच रुस्सर मनाउण दी गल तां चलदी रहिंदी आ, कोई रुस गया कोई मन गया। असीं अज करनी है सोशल रिश्तियां दे विच जिहड़ा रुस्सर मनाउण दा एक वक्खरा साडी जीवन शैली दा अंग असीं कह सकदे हां रुस्सर मनाउण दा। और मैं ये चीज़ां इस करके तुहाडे नाल डिस्कस करदा कि अगर असीं इस किसी भी चीज़ नूं जिहड़ा भी अज असीं विशा रखदे हां किसी भी उस चीज़ नूं असीं 35 साल 25 साल पिछे देखते हाँ तो उही चीज़ का रंग रूप उदों होर सी, अज देखते हाँ तो वह रंग रूप होर है। परिवारां दे विच गल कर लईए पहलां रुस्सन मनाउण दी, तो यह आम गल हुंदी सी कोई रिश्तेदार विआह वेले रुस गया पर दो चार रिश्तेदार जांदे सी उहनूं मनाउण वास्ते तो वह चंगा भला बेशक जनानी घूरी भी जाती होंगी अंदरों भी नहीं 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 हाँ नहीं करनी हाँ नहीं करनी हाँ नहीं करनी, तो वो फिर मूँह मुलाजन दो चार रिश्तेदार हाँ नाल नाल करता से मुड़ के घरवाली समझा आता से भी आप भाई ये करना पैना सी हुण चार मोतबार बंदे आए तो आप इदा ना नहीं कर सकते। होर भैणा भरावां की गल कर लीए भरा की गल कर लीए आपस रुस्सन मनाउण चलता हुंदा सी पर बहुत छेती ठीक हो जाता सीगा कोई रुस्सिया। फिर असी गल कर लीए विआहां दे विच जिहड़ी रुस्सन रिश्तेदारां दी खास तौर पर रुस्सन मनाउण दी गल हुंदी सी कोई फुफड़ रुस गया कोई जीजा रुस गया, यह एक अद्धा जे घर दे चार पांच जवाई हैगे ने चार पांच फुफड़ हैगे ने घर दे विच चार पांच जीजे हैगे ने ते उहनां दे विच एक अद्धा इहो जिहा हुंदा हुंदा सी। उहनूं कमाल दी गल तुसीं नोट कीती होणी आ इह जिन्ना कोई मेरा तजर्बा जिहड़ा एक तेंगण दा हुंदा जवाई घर दा उह तेंगण दा उहनूं दूजे जिहड़े तिन ने चकदे उह ने वो चकते ने नहीं नहीं यार तेरे तेना ने माड़ी की असी जो आए सन तो अंग्रेजी लिया के मूहे रखी तेरे मूहे देसी रखती लै 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 सानू तो बर्फी भी नाल रखी तेरे अगर तो कले पकौड़े रखते वो रुस्सन मना यहोजा हों फिर भी चल जाता सी फिर भी मना लेंदे होंगे सी सारे जने कट्ठे होके। पर जिन्हें रुसना हूँ कई पिंड के बंदे ज रिश्तेदार विआहां दे विच इस करके ही रुस जाते सके लै भी मैनू बरात जाने वेले मुंडे दे प्यो ने आप नहीं कहा भी चल बैठ गड्डी भी चलीए भी दस पतंदर जे तू घरों तैयार होके आया पिंड दा बंदा तैयार होके आया पग पुग बन के सोहनी सोहने कपड़े पा के आया तो बराते जाने लई आया तो हुण कहण दी इहदे च किन्नी गल रह गई ते काफ़ी कुछ साडे देखण सुण दे विच आउंदा बहुत सारा कुछ तुहाडे ज़हन दे विच भी घूम गया होएगा कि उस वेले किहड़ा माहौल हुंदा सी की हुंदा सी की नहीं हुंदा सी ते हुण असीं उसे चीज़ नूं अज नाल तोलदे आ अज नाल देखदे। वैसे रुसना ते मनाउणा
एक साड़ी जीवन शैली का खास अंग है, पंजाबियों का खास अंग चीज़ हैगी है। तो हंस वाली गल कि हंस राज हंस वाली ना हो, आप दोनों रुस बैठे तो मनाऊ कौन वे। पहला भी एक बंदा रुसया वो मनाया जाता, जो दोनों रुस जाते तो वह मनाने औखे आ। अजक जदों कोई रुसते ने दोनों रुसते ने, पहला देखा होना एक रिश्तेदार रुसया तो जे घर वाले बंदे ने वह गुस्से नहीं होंगे सी, कोशिश यही होंगी सी मनाइए। मुकदी गल ये जी भी अज जमाना जड़ा चेंज हो गया, एक सकेंट तो पहला सके रिश्ते ब्लड रिलेशन वाले असी कह दें एक दूजे को भाई तू कौन तो मैं कौन, ठीक है मैं तू तू मेरे तो की लैना मैं तेरे तो की लैना। पर इहदी अहमियत जिहड़ी है सानू उदों पता लगता, एक पिंड दे विच दसदे आ वी सच्ची गल ही होएगी, पांच सत्त मुंडे सीगे बजुर्ग दे ते पंजा सत्तां दी आपस दे विच बणदी नहीं सी पूरा वी, पिंड नू सारे नू पता सी वी इह ते लड़दे रहिंदे आ, इहनां दी जमीन जमून हुण किस तरह हथिया लईए। उन्होंने एक दे मुंडे नू चक चका के ते कर करा के ते जमीन की गलबात करन दी कोशिश कीती, ते उदों जिहड़े भरा लड़दे सी सारे ही इकट्ठे हो गए एकदम वी आ तूं आउणा किवें आ। एक ए एक तां इह चीज़ हैगी आ, बहुत सारे घर पति पत्नी की चलो गल करिए रसन मना पति पत्नी का भी चलता रहा, पता ही नहीं लगता पहली गल तो पत्नी रुस कि गलों गई है, बहुत देर सोचना पैंता भी रुसी कद हो सकती है। एक तो मैं आह गल हुई सी एक हुई सी कोई बाद बंदा कहता छड यार किसी गलत भी रुस गए, तो उस पत्नी पासे की लंघ दी इन्ने ही अपना बहुत व्डा रोब समझी लैं हूँ पासे की लंघ गई तो ये हूँ कर ले की करना हूँ रोटी बना ले। छोटा बंदा यह सोच रहा हूँ यार अच्छ बुला ना भी सोहने पांच सात दिन लंघे होर चार दिन लंघ जाता वधिया। पति पत्नी के कई ने एक साढ़े चंडीगढ़ के होंगे सके उन्हों की आपस के भी इदा जिदा होंगी है लव मैरिज हुई सी घट बनती सी रुसन मना चलता ही रहा हूँ सवेरे रुस गए शामी मन गए शामी फिर रुस गए सवेरे फिर मन गए वो सारा कुछ चलता रहा पर उन्होंने नाल जदों कोई रिश्तेदार आ गया घर कोई आंढ़ी गुआढ़ी आ गया जो कितने गए आ घर जिन्ना मर्जी लड़ी जा उ जा खा कोई बंदा जज ही नहीं कर सकता सी भी भाई ये आपस के लड़े हुए ने जो बोलते हैं। एक भी बड़ी चंगी गल दोनों चीज़ा मैं चंगी लगियां, एक तो भरावान का किस्सा कि उदा जिदा मर्जी आपस कहते हो तो जो कोई तीजा बंदा आता तो उदो कट्ठे हुए हो जाते हैं, तो एक जेडे हसबेंड वाइफ के ने यह भी दो खास रिश्ता हैगा दोहां दा, तो ये भी जिहड़ा इदां करदे ने भी चाहे दुनिया आपस में जिवें मर्जी आ लेकिन जदों किसी के सामने आ तो पता नहीं लगन देना भी असी सानूं कोई गल होएगी नहीं, वो मैनूं गल वधिया लगी। सो असी यह गल करनी है कि पहले रुसन मनाउण दे ते अज दे रुसन मनाउण दे विच की फर्क जिहड़ा हैगा किन्ना कु फर्क पै गया। एक ब्रेक लै लें जी, ब्रेक तो बाद असी कोशिश करांगे थोड़ी देर वास्ते सरदार अर्जन सिंह जी अनजाण साहब उन्हां नाल थोड़ी जी गलबात करिए, तो उस तो बाद असी तुहाडियां कालां दा सिलसिला लै के शुरू करके तो उन्हूं लगातार जारी रखांगे। और नाल दी नाल मैं गल की जिवें मैंने लगता फोन शायद हरजीत गिल जिहड़े करते होंगे सुनाते होंगे कुछ ना कुछ मुकलदीप मानक साहब वर्गी आवाज़ है उन्हों की कॉल आ गई है, जरूर भगत सिंह बारे जरूर कुछ ना कुछ तैयार किया होएगा। सो गल अज रलवा मिलना ही है जी, भगत सिंह जी भी है अवतार पाशाह की भी गल हैगी रिश्तों की भी असं अच्छ गल कर रहे हैं, तो ब्रेक तो बाद भी यही करांगे, तुसी देखते रहो जस पंजाबी जी। हाजिर हाँ ब्रेक तो बाद एक बार फिर तो नाल दी नाल रुसन मनाउण दी जिहड़ी गल है उहनूं आपां फिर दुबारा यू टर्न लै के फिर आवांगे, उहदी गल करांगे कालां जदों लैणियां तुहाडियां। ते हुण फिलहाल अर्जन सिंह अनजाण साहब साडे नाल फोन ते हैगे ने, ते नाल उहनां दे आपां तस्वीर जिहड़ी है उहदे ते दर्शन भी करीदे आ, और जिहड़े साडे मिले होणगे दर्शक उहनां नूं भली भांत पता होएगा बहुत ही वधिया इनसान ने, मैनूं भी मिलण दा मौका मिलिया सी बहुत वधिया लग्गिया। सो सरदार अर्जन सिंह जी अनजाण साहब स्वागत है जी, बहुत बहुत प्यार भरी सति श्री अकाल जी। जी जनता काम करने तो हट दी जांदी है जी, जनता वधे ते धरती घट दी जांदी है। वाह जी वाह जी, सियासत जुमलियां ते डट दी जांदी है जी, ये गल भी जीवन नूं चट दी जांदी है जी, सरकार बीमार वोटां ने करती जिम्मेवारी तो पासा वटी जांदी आ जी, पढ़े लिखे नूं काम नहीं देंदी ताईओ जवानी बाहर नूं नठी जांदी जी। बिल्कुल जी बिल्कुल जी,
आप नूं ते सब दर्शकां नूं साडे लों गुरु की फतेह अर्जा जी वाहेगुरु जी का खालसा वाहेगुरु जी की फतेह जी। आजादी दे शहीदां नूं सारिआं नूं कोटां कोटां नमस्कार ते सजदा उहनां नूं जी श्रद्धा दे फुल भेंट करदे आं जी। उहनां दे दिहाड़े नूं दुनिया ने मनाया सरकारां ने ते इक फुल हर साल बाद चढ़ा देना मुड़ के उधर देखना नहीं जी। जबकि संसद दे विच बनदा जी उहनां दी फोटो लाउणी जां संसद दे बाहर उहनां दा बुत लाउणा ਤੁਸੀਂ ਵੀ ਨੜੇ ਨੇ ਇਹਦਾ ਚੱਕਾ ਦਾ ਜੇ ਸਾਨੂੰ ਪਾ ਛੱਡਦੇ ਤੁਸੀਂ ਕਿਹੜਾ ਸਿੱਧੇ ਕਿਉਂ ਜੀ ਆ ਜੋ ਗਿਣਨ ਲੱਗਦੇ ਸਾਨੂੰ ਤੇ ਚੇਤਾ ਹੀ ਭੁੱਲ ਜਾਂਦਾ ਕੀ ਕਹਿਣਾ ਕਹਾਉਣਾ ਵਾ ਕੀ ਗਿਣਨ ਮੈਂ ਤਾਂ ਕੀ ਗਿਣਿਆ ਜੀ ਆ ਬਥੇਰਾ ਕੋ ਗਿਣ ਤੱਕ ਬੀਬੀਆਂ ਨੂੰ ਦਵਾ ਤੇ ਫੋਨ ਵੀ ਦਵਾ ਤੇ ਸਭ ਗੱਲ ਕੋ ਇੱਕ ਇੱਕ ਕੋ ਗਿਣਿਆ ਜੀ 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 ਭਗਤ ਨਾਮਦੇਵ ਜੀ ਉਹਨਾਂ ਨੂੰ ਪਰਮਾਤਮਾ ਨੇ ਲਾਡਲੇ ਭਗਤ ਮੰਨੇ ਜੀ ਬਿਲਕੁਲ ਇਤਿਹਾਸ 'ਚ ਇੱਕ ਪੁੰਡਰਪੁਰ ਸ਼ਹਿਰ ਆ ਉੱਥੇ ਇਹ ਪਹੁੰਚੇ ਅੱਛਾ ਜੀ ਉੱਥੋਂ ਦਾ ਇੱਕ ਸ਼ਾਹੂਕਾਰ ਸੀ ਜਿਹਨੇ ਮਾਇਆ ਅਤੇ ਬੇਅੰਤ ਇਕੱਠੀ ਕਰ ਲਈ ਅਤੇ ਇਕੱਠੀ ਕਰਕੇ ਹੁਣ ਸੋਚਦਾ ਵੀ ਇਹਨੂੰ ਵਰਤਣ ਦਾ ਵੀ ਕੋਈ ਸਾਧਨ ਬਣਦਾ ਹੈ ਤੇ ਵਰਤਣ ਲਈ ਤੇ ਨਾਲ ਵਰਤ ਗਏ ਏਦਾਂ ਵੀ ਗੁਰੂ ਘਰ ਤੇ ਗੱਲ ਪੜ ਜਾਏ ਜੀ ਉਹਨਾਂ ਕੋਲ ਵਿਦਵਾਨ ਤੇ ਉਦੋਂ ਹੁਣ ਪੜ੍ਹਾਉਣ ਵਾਲੇ ਤੇ ਪੰਡਿਤ ਸਭਾ ਨੂੰ ਹੁੰਦੇ ਹੀ ਪੰਡਿਤ ਸਿਆਣਾ ਮਿਲਿਆ ਉਹਨਾਂ ਕਿਹਾ ਵੀ ਤੁਹਾਡੇ ਕੋਲ ਇੰਨੀ ਮਾਇਆ ਇੰਨਾ ਸੋਨਾ ਵਾ ਤੁਸੀਂ ਜਿਹੜਾ ਸੋਨਾ ਵਾ ਇਹ ਸਾਧੂਆਂ ਸੰਤਾਂ ਫਕੀਰਾਂ ਗਰੀਬਾਂ ਨੂੰ ਦਾਨ ਕਰੋ ਜੀ ਤਾਂ ਤੁਹਾਡੀ ਕਲਿਆਣ ਹੋ ਜੂਗੀ ਉਹਨਾਂ ਹੁਣ ਦੇਖਿਆ ਵੀ ਇਹ ਕਿਸੇ ਨੂੰ ਬਿਸਕੁਟ ਥੋੜ੍ਹਾ ਬਣਾ ਦੇਣੇ ਆ ਜੋ ਨਿੱਕੇ ਵੱਡੇ ਸਾਰੇ ਕਹਿੰਦੇ ਵੀ ਦੇਣ ਲੱਗੇ ਕਿਸੇ ਨਾਲ ਨਾ ਵਿਤਕਰਾ ਨਾ ਕਰਿਓ ਅੱਛਾ ਜੀ ਉਹਨੇ ਫਿਰ ਮਾਸੇ ਤੋਂ ਲੈ ਕੇ ਤੋਲਾ ਏਦਾਂ ਡਲੀਆਂ ਬਣਾ ਲਈਆਂ ਬੇਅੰਤੀ ਜੀ ਤੇ ਫਿਰ ਇਹ ਢੰਡੋਰਾ ਫੇਰਤਾ ਵੀ ਸੋਨਾ ਦਾਨ ਕਰਨਾ ਵਾ ਵਿੱਤ ਮਤ ਜਿੱਦਾਂ ਦਾ ਬੰਦਾ ਓਦਾਂ ਦੀ ਉਹਨੂੰ ਦਾਨ ਸੋਨੇ ਦਾ ਮਿਲੇਗਾ ਅੱਛਾ ਜੀ ਉਹ ਇੱਕ ਰੱਤੀ ਤੋਂ ਦੋ ਰੱਤੀਆਂ ਫਿਰ ਮਾਸਾ ਫਿਰ ਤੋਲਾ ਫਿਰ ਦੋ ਤੋਲੇ ਇੱਧਰ ਦਿੰਦਿਆਂ ਦਿੰਦਿਆਂ ਜਦੋਂ ਕਾਫੀ ਸਮਾਂ ਉਹਨੇ ਦੇਖਿਆ ਵੀ ਹੁਣ ਤਾਂ ਸਾਰੀ ਸੰਗਤ ਭੁਗਤ ਗਈ ਹੋਣੀ ਆ ਤੇ ਫਿਰ ਆਪਦੇ ਅਹਲਕਾਰਾਂ ਨੂੰ ਪੁੱਛਦਾ ਵੀ ਕੋਈ ਰਹਿ ਤਾਂ ਨਹੀਂ ਗਿਆ ਕਿਤੇ ਜੀ ਕਹਿੰਦੇ ਜੀ ਉਹ ਤਾਂ ਲੱਗਦਾ ਭੁਗਤ ਗਏ ਸਾਰੇ ਪਰ ਆਪਣੇ ਇੱਕ ਮਹਾਤਮਾ ਆਏ ਹੋਏ ਆ ਨਾਮਦੇਵ ਜੀ ਕਹਿੰਦੇ ਉਹਨਾਂ ਨੂੰ ਜੀ ਉਹ ਨਹੀਂ ਆਏ ਪਤਾ ਨਹੀਂ ਉਹਨੂੰ ਸੁਨੇਹਾ ਨਹੀਂ ਮਿਲਿਆ ਕਿ ਜਾਂ ਆਏ ਹੀ ਨਹੀਂ ਉਹ ਅੱਛਾ ਜੀ ਹੁਣ ਜਦੋਂ ਵੀ ਸਾਰੇ ਦੁਨੀਆਂ ਚਾਹ ਨਾ ਆਏ ਤੇ ਉਹ ਕਿਉਂ ਨਹੀਂ ਆਇਆ ਤੇ ਬੜੇ ਰੋਗ ਨਾ ਤੇ ਰੋਸ ਨਾ ਉਹਨਾਂ ਕੋ ਗਿਆ ਚੱਲ ਕੇ ਅੱਛਾ ਜੀ ਪਹਿਲਾਂ ਤਾਂ ਜਾ ਕੇ ਆਪਦਾ ਰੋਗ ਰਾਵ ਜਿਹਾ ਦਿਖਾਇਆ ਉਹ ਚੁੱਪ ਕਰਕੇ ਮਾਸਟਰ ਹੈ ਜੀ ਜਦੋਂ ਬੋਲੇ ਨਾ ਤੇ ਫਿਰ ਕਹਿੰਦਾ ਜੀ ਤੁਸੀਂ ਵੱਡੇ ਸੰਤ ਆ ਤੁਸੀਂ ਮਹਾਤਮਾ ਆ ਬਾਕੀਆਂ ਨੂੰ ਤੇ ਮੈਂ ਇੱਕ ਇੱਕ ਤੋਲਾ ਸੋਨਾ ਦਾਨ ਕੀਤਾ ਤੇ ਤੁਹਾਨੂੰ ਦੋ ਤੋਲੇ ਦੇਣੇ ਆ ਅੱਛਾ ਜੀ ਉਹ ਫਿਰ ਵੀ ਚੁੱਪ ਰਹਿ ਉਹ ਕਹਿੰਦੇ ਜੀ ਚਲੋ ਕਹਿੰਦੇ ਤੁਹਾਨੂੰ ਹੋਰ ਦੋ ਤੋਲੇ ਦੇਣੇ ਉਹ ਫਿਰ ਵੀ ਚੁੱਪ ਰਹਿ ਅੱਛਾ ਜੀ ਤੇ ਉਹ ਕਹਿੰਦੇ ਵੀ ਜੇ ਖੁਸ਼ ਨਹੀਂ ਤੇ ਤੁਸੀਂ ਆਪ ਦੱਸ ਦਿਓ ਉਹ ਕਹਿੰਦੇ ਸ਼ੇਰ ਸਾਹਿਬ ਜੀ ਸਾਡਾ ਭਗਵਾਨ ਇੰਨਾ ਸੋਨਾ ਕਹਿੰਦਾ ਨਹੀਂ ਨਹੀਂ ਲੈਣਾ ਅਸੀਂ ਨਹੀਂ ਲੈ ਸਕਦੇ ਤਾਂ ਨਹੀਂ ਤੁਹਾਡਾ ਸੋਨਾ ਲੈਂਦੇ ਅੱਛਾ ਜੀ ਤੇ ਉਹ ਕਹਿੰਦੇ ਨਹੀਂ ਜਿੰਨਾ ਤੁਸੀਂ ਕਹੋ ਉਹਨਾਂ ਦੇ ਦਿੰਦੇ ਹਾਂ ਵੀ ਦੇਣਾ ਤਾਂ ਹੈਗਾ ਹੀ ਆ ਨਾ ਜੀ ਉਹ ਕਹਿੰਦੇ ਅੱਛਾ ਫਿਰ ਭਗਤ ਨੇ ਇੱਕ ਤੁਲਸੀ ਦਾ ਪੱਤਾ ਤੋੜ ਲਿਆ
ਉਹਦੇ ਉੱਤੇ ਰਾਮ ਦਾ ਨਾਂ ਲਿਖਿਆ ਤੇ ਉਹ ਕੰਡੇ ਤੇ ਰੱਖਤਾ। ਕਹਿੰਦਾ ਬਈ ਇਹਦੇ ਜਿੰਨਾ ਇਸ ਪੱਤੇ ਦੇ ਬਰਾਬਰ ਚੜ ਜਾਣਾ, ਇੰਨਾ ਸੋਨਾ ਲੈਣਾ, ਜਿੰਨਾ ਤੁਸੀਂ ਦਿੰਦੇ ਇੰਨਾ ਅਸੀਂ ਨਹੀਂ ਲੈਣਾ। ਅੱਛਾ, ਬਸ ਤੱਕੜੀ ਚ ਰੱਖਤਾ। ਹਾਂ, ਉਹ ਤੱਕੜ ਚ ਰੱਖਤਾ। ਉਹ ਕਹਿੰਦਾ ਭਗਤ ਜੀ ਮੈਨੂੰ ਮਖੌਲ ਕਰਦੇ, ਇਹ ਤੇ ਅੱਧੀ ਰੱਤੀ ਵੀ ਨਹੀਂ ਹੋਣਾ। ਉਹ ਕਹਿੰਦਾ ਭਾਵੇਂ ਅੱਧੀ ਰੱਤੀ ਵੀ ਨਾ ਹੋਵੇ ਤੇ ਸਾਨੂੰ ਇੰਨਾ ਹੀ ਚਾਹਿਆ, ਇੰਨੇ ਦਾ ਹੀ ਆਰਡਰ ਆ ਜੀ। ਹੁਣ ਉਹ ਦੂਜੇ ਬੰਨੇ ਫਿਰ ਉਹ ਸੋਨਾ ਰੱਖਣ ਲੱਗ ਪਿਆ। ਤੋਲਾ ਰੱਖਿਆ, ਦੋ ਤੋਲੇ ਰੱਖੇ, ਚਾਰ ਰੱਖੇ, ਪੰਜ ਰੱਖੇ, ਦਸ ਰੱਖੇ। ਉਹ ਉਧਰਲਾ ਪਾਸਾ ਹਿੱਲੇ ਹੀ ਨਾ ਰਾਮ ਵਾਲਾ। ਅੱਛਾ ਜੀ। ਜਦੋਂ ਨਾ ਹੀ ਹਿੱਲਿਆ ਫਿਰ ਸਾਰੇ ਜਿੰਨੀ ਕੁ ਉਹਦੇ ਕੋਲ ਸੀ ਉਸ ਵੇਲੇ ਉਹ ਸਮੱਗਰੀ ਰੱਖ ਕੇ ਤੇ ਉਹ ਪਾਸਾ ਫਿਰ ਵੀ ਨਾ ਲੈ ਕੇ ਫਿਰ ਆਪਦੇ ਕਰਿੰਦਿਆਂ ਨੂੰ ਕਹੋ ਉਹ ਜਾਓ ਘਰੋਂ ਬਿਲਕੁਲ ਵੱਡੀਆਂ ਇੱਟਾਂ ਲਿਆਓ ਚੱਕ ਕੇ ਦੇਖਦੇ ਹਾਂ ਕਿੰਨਾ ਕੁ ਪੱਤਾ ਭਾਰਾ ਵਾ। ਘਰੋਂ ਗਏ ਜਾ ਕੇ ਸਮੱਗਰੀ ਲੈਣ ਦੀ ਉਹ ਵੀ ਰੱਖੀ। ਉਹ ਕਹਿੰਦਾ ਵੀ ਸਾਰੇ ਜਿਹੜੀ ਹੈਗੀ ਆ ਕੇ। ਅੱਛਾ ਜੀ। ਜਿੰਨੀ ਸਮੱਗਰੀ ਸੀ ਸੇਠ ਦੇ ਸਾਰ ਦੇ ਸਾਰੇ ਦੀ ਸਾਰੀ ਚੜ ਗਈ, ਇੱਟਾਂ ਵਗੈਰਾ ਆਪ ਵੀ ਜੀ। ਤੇ ਉਹ ਜਿਹੜਾ ਰਾਮ ਵਾਲਾ ਪੱਤਾ ਸੀ ਉਧਰਲਾ ਬੰਨਾ ਨਾ ਹਿੱਲਿਆ। ਹਿੱਲਿਆ ਨਹੀਂ ਜੀ। ਅੱਛਾ ਜੀ। ਜਦੋਂ ਤੇ ਫਿਰ ਚੁੱਪ ਜਿਹਾ ਕਰਕੇ ਖੜੋ ਗਿਆ ਤੇ ਭਗਤ ਜੀ ਮੁਸ਼ਕਰਾ ਕੇ ਕਹਿੰਦੇ ਸੇਠ ਜੀ ਵਚਨ ਪੂਰਾ ਨਹੀਂ ਕਰੋਗੇ ਜੀ। ਤੇ ਜਦੋਂ ਉਹਨੇ ਦੇਖਿਆ ਉਹ ਕਹਿੰਦੇ ਵੀ ਹੁਣ ਭਾਵੇਂ ਉੱਥੇ ਜੇ ਨਹੀਂ ਤੇ ਆਪ ਵੀ ਭਾਵੇਂ ਚੜ ਜਾਵੇ ਚ ਦੇਖ ਤੇ ਲਵੇ ਕਿੰਨਾ ਕਿਹਾ। ਕੁਛ ਨਹੀਂ ਸੀ ਪੱਲੇ, ਡਡਿਆ ਕੇ ਪੈਰੀ ਪੈ ਗਿਆ। ਕਹਿੰਦਾ ਜੀ ਮੈਂ ਭੁੱਲ ਗਿਆ ਵਾ, ਮੇਰੀ ਤੇ ਹੰਕਾਰ ਨੇ ਮਾਤੀ ਮਾਰ ਲਈ ਜੀ, ਮੈਨੂੰ ਬਖਸ਼ੀ ਲਵੋ, ਇਸ ਤੋਂ ਅੱਗੇ ਮੇਰੇ ਕੋਲ ਕੁਛ ਨਹੀਂ। ਮੈਂ ਸਮਝਿਆ ਹੀ ਨਹੀਂ ਤੁਸੀਂ ਰਾਮ ਲਿਖ ਕੇ ਰੱਖਤਾ ਤੇ ਰਾਮ ਦੇ ਨਾਂ, ਮੈਂ ਕਿੱਥੋਂ ਦੇਣ ਦੋਗਾ ਇਸ ਉਹਨਾਂ, ਮੈਨੂੰ ਬਖਸ਼ੀ ਲਓ ਜਿੱਦਾਂ ਬਖਸ਼ਣਗਾ। ਬਿਲਕੁਲ। ਤੇ ਇਹਦੇ ਵਿੱਚ ਭਗਤ ਕਬੀਰ ਜੀ ਦਾ ਵੀ ਇੱਕ ਸ਼ਬਦ ਆਉਂਦਾ ਸੀਗਾ ਵੀ ਕੰਚ, ਉਹਨਾਂ ਦਾ ਭਗਤ ਸੀਗਾ, ਸ਼ਬਦ ਉਹ ਚੇਤੇ ਨਹੀਂ ਆ ਰਿਹਾ। ਉਹ ਜੀ ਰਾਮ ਮਨ ਦੇ ਰਾਮ ਲਿਆ ਹੈ ਮੋਲ, ਇਹ ਸੋਨੇ ਨਾਲ ਕੰਚਨ ਸੋਨ ਨਹੀਂ ਪਾਈਏ ਤੋਲ, ਤੇ ਰਾਮ ਦੇ ਮਨ ਦੇ ਰਾਮ ਲਿਆ ਹੈ ਮੋਲ ਜੀ, ਮਨ ਦੇ ਕੇ ਮੁੱਲ ਲਿਆ, ਇਹ ਸੋਨੇ ਨਾਲ ਤੋਲ ਕੇ ਨਹੀਂ ਮਿਲਦਾ। ਉੱਥੇ ਨਾਮਦੇਵ ਜੀ ਨੇ ਉਹਨਾਂ ਨੂੰ ਆਖਿਆ ਵੀ ਦਾਨ ਤੇ ਅੱਗੇ ਹਾਥੀ ਵੀ ਚੜਾਏ ਲੋਕਾਂ ਨੇ ਭਰ ਕੇ ਤੇ ਘੋੜੇ ਵੀ ਚੜਾਏ, ਇਸ ਤਰੀਆਂ ਵੀ ਤੋਲ ਕੇ ਚੜਾਈਆਂ ਦਾਨ ਦੇ ਕੇ, ਤੇ ਇਹਦੋਂ ਵੱਧ ਵੀ ਚੜੇ ਮਰਦਾਂ ਨੇ ਆਪ ਦਾ ਵਜ਼ਨ ਤੋਲ ਕੇ ਵੀ ਚੜਾਏ ਜੀ। ਪਰ ਉਹ ਕਹਿੰਦਾ ਰਾਮ ਨਾਮ ਦੇ ਬਰਾਬਰ ਨਹੀਂ ਆਏ, ਜੇ ਕਲਿਆਣ ਚਾਹੁੰਦਾ ਵਾ ਤੇ ਸਿਮਰਨ ਕਰਿਆ ਕਰ, ਤੇ ਫੇਰ ਹੋ ਸਕਦਾ ਆ ਤੇ ਇਹ ਦਾਨ ਸੋਨਿਆ ਨਾ ਕਲਿਆਣ ਨਹੀਂ ਮਿਲਦੀ। ਤੇ ਉਹਨਾਂ ਦਾ ਇੱਕ ਇੱਥੇ ਸ਼ਬਦ ਸੀ ਵੀ ਤੀਰਥ ਦੇਖ ਨਾ ਜਲ ਜਲ ਨੇ ਪੈਸੋ, ਜਿਉ ਜੰਤ ਨਾ ਸਤਾਵੋ ਗੋ, ਅੱਠ ਸੱਠ ਤੀਰਥ ਗੁਰੂ ਦਿਖਾਏ, ਘੱਟ ਹੀ ਭੀਤਰ ਨਾ ਹੋਵੋ ਜੀ। ਉਹ ਕਹਿੰਦੇ ਜੇ ਸਿਮਰਨ ਕਰੇਗਾ ਤੇ ਅੱਠ ਸੱਠ ਤੀਰਥ ਅੰਦਰੇ ਹੀ ਆ, ਉਹ ਕਹਿੰਦੇ ਅੰਦਰੋਂ ਹੀ ਮਿਲ ਸਕਦਾ ਸਭ, ਇਹਨਾਂ ਸੋਨੇ ਦੇ ਅਧਾਨਾਂ ਨਾਲ ਕੁਛ ਨਹੀਂ ਮਿਲਦਾ। ਵਾਹ ਜੀ ਵਾਹ, ਬਿਲਕੁਲ। ਤੇ ਉਹਨਾਂ ਦੀ ਕਮਾਈ ਨੂੰ ਨਮਸਕਾਰ ਆ, ਆਪਦੇ ਯਾਦ ਕਰਨ ਦਾ ਧੰਨਵਾਦ ਆ ਜੀ। ਇਹਨਾਂ ਸ਼ਬਦਾਂ ਨਾਲ ਖਿਮਾ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਅੰਜਾਨ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਕਮਾਲ ਦੀ ਗੱਲ ਇਹ ਹੈ ਵੀ ਜਦੋਂ ਅੰਜਾਨ ਸਾਹਿਬ ਗੱਲ ਕਰਦੇ ਹੁੰਦੇ ਤਾਂ ਉਦੋਂ ਫਿਰ ਬਿਰਤੀ ਆਪ ਮੁਹਾਰੀ ਉੱਧਰ ਲੱਗ ਜਾਂਦੀ ਹੈ, ਬੰਦਾ ਆਪ ਮੁਹਾਰੇ ਹੀ ਉਸ ਜਗ੍ਹਾ ਪਹੁੰਚ ਜਾਂਦਾ। ਬੜਾ ਚੰਗਾ ਲੱਗਦਾ ਕਿਉਂਕਿ ਇਹ ਸਾਖੀਆਂ, ਇਹ ਗੱਲਾਂ ਜਾਂ ਇਤਿਹਾਸ ਅਸੀਂ ਜਦੋਂ ਕਿਸੇ ਸਿਆਣੇ ਬੰਦੇ ਤੋਂ ਸੁਣਦੇ ਹਾਂ ਜਾਂ ਪ੍ਰਚਾਰਕ ਕੋਲੋਂ ਵੀ ਸੁਣਦੇ ਹਾਂ
ਤਾਂ ਪੂਰਾ ਨਾਲ ਜੁੜਨਾ ਸੁਭਾਵਿਕ ਗੱਲ ਹੁੰਦੀ ਹੈ। ਸੋ ਬ੍ਰੇਕ ਤੋਂ ਬਾਅਦ ਜੀ ਫਿਰ ਆਪਾਂ ਪ੍ਰੋਗਰਾਮ ਦਾ ਜਿਹੜਾ ਯੂ ਟਰਨ ਲੈ ਕੇ ਅਤੇ ਉਹ ਆਪਾਂ ਤੁਹਾਡੀਆਂ ਕਾਲਾਂ ਸਿਲਸਿਲਾ ਸ਼ੁਰੂ ਕਰ ਲਾਂਗੇ। ਕੁਛ ਕਾਲਾਂ ਹੈਗੀਆਂ ਨੇ, ਬ੍ਰੇਕ ਦੇ ਵਿੱਚ ਕਾਲ ਕਰ ਲਓ, ਗੱਲਬਾਤ ਕਰਾਂਗੇ, ਦੇਖਦੇ ਰਹੋ ਜਸ ਪੰਜਾਬੀ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੋ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਖਿਆਲ ਹਰਜੀਤ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਧਿਆਨ ਫੋਨ ਵੱਲ ਨਹੀਂ ਹੈਗਾ ਜੀ, ਅਗਲੀ ਕਾਲ ਲੈਣੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ, ਜਗਤਾਰ ਸਿੰਘ, ਮੈਂ ਕੇਵਲ ਸਿੰਘ ਬੋਲਦਾ ਜੀ। ਜੀ ਕੇਵਲ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਭਗਤ ਸਿੰਘ ਸ਼ਹੀਦ ਦੇ ਸੰਬੰਧ ਵਿੱਚ 2 ਮਿੰਟ ਦੇ ਵਾਸਤੇ ਕਵਿਤਾ। ਜ਼ਰੂਰ ਜੀ, ਜ਼ਰੂਰ ਸ਼ੁਰੂ ਕਰਦੇ ਹਾਂ। ਹਾਂਜੀ। ਸਰਦਾਰ ਭਗਤ ਸਿੰਘ ਤੇ ਸਾਥੀ ਹਿੰਦੁਸਤਾਨ ਦੀ ਪਰਜਾ ਤੋਂ ਡਰਦੀ ਅੰਗਰੇਜ਼ ਹਕੂਮਤ ਸਰਦਾਰ ਭਗਤ ਸਿੰਘ ਨੂੰ ਮਿੱਠੇ ਦਿਨ ਤੋਂ 1 ਦਿਨ ਪਹਿਲਾਂ ਹੀ ਫਾਂਸੀ ਦੇਣ ਦਾ ਹੁਕਮ ਦਿੰਦੀ ਹੈ। ਭਾਰਤ ਮਾਤਾ ਦੇ ਵੀਰ ਸਪੂਤ ਦੇਸ਼ ਦੇ ਗਲੋਂ ਗੁਲਾਮੀ ਲਾਉਣ ਲਈ ਹੱਸ ਹੱਸ ਕੇ ਫਾਂਸੀ ਦੇ ਤਖ਼ਤੇ ਵੱਲ ਨੂੰ ਇਉਂ ਤੁਰੇ। ਜੀ ਸੁਣੀਏ ਜੀ। ਹੱਥ ਬੰਨ ਜਲਾਦਾ ਪਿੱਛੇ ਪੈਰਾਂ ਵਿੱਚ ਸੰਗਲ ਜਗੜੇ, ਗਿੱਦੜਾਂ ਦੇ ਟੋਲੇ ਵੇਖੋ ਪੁੱਤ ਭਾਰਤ ਮਾਂ ਦੇ ਪਕੜੇ। ਸਾਡਾ ਦੇਸ਼ ਗੁਲਾਮੀ ਚੱਲੇ ਉੱਤੇ ਕਰਦੇ ਰਾਜ ਵਿਗਾਨੇ, ਅੱਜ ਮੁਕਤ ਵਰਨ ਲਈ ਚੱਲੇ ਹਸਤ ਸਿਰ ਕੀ ਪਰਵਾਨੇ। ਕਾਇਆ ਦੇ ਵਾਂਗਰ ਜੀਣਾ ਇਸ ਜੀਣ ਖੁਣੋ ਕੀ ਤੁਰਿਆ, ਸਾਡਾ ਦੇਸ਼ ਗੁਲਾਮੀ ਚੱਲੇ ਸਾਡਾ ਦੇਸ਼ ਕਹੂ ਹੀਣਾ ਜੇ ਨਾ ਨਿਉਂਦਾ ਮੁੜਿਆ। ਗਲੇ ਦੇ ਥੱਲੇ ਉਹ ਜਾਂਦਾ ਕੁਝ ਨਿਸ਼ਾਨੇ, ਅੱਜ ਮੌਤ ਵਰਨ ਲਈ ਚੱਲੇ ਹਸਦ ਸੇ ਵੀ ਕੀ ਪਰਵਾਨੇ। ਵੀਰਾਂ ਦੀ ਅੱਜ ਗਾਵੋ ਕੋਰੀ ਅੱਜ ਦੇਸ਼ ਮੇਰੇ ਦੀਓ ਭੈਣੋ, ਸਾਡੇ ਪਿੱਛੋਂ ਵੱਢਣੀ ਲੋੜੀ ਹੰਝੂ ਨਾ ਕੇਰਿਓ ਨੈਣੋ। ਤਲੀਆਂ ਤੇ ਮਹਿੰਦੀ ਲੱਗੇ ਸਾਡੇ ਮੂਹਰੇ ਮੌਤ ਰਖਾਣੇ, ਅੱਜ ਮੌਤ ਵਰਨ ਲਈ ਚੱਲੇ ਅਸਲ ਸਿੱਧ ਕੀ ਪਰਵਾਨੇ। ਇਹ ਬੇਕਰ ਟੂਟੇ ਗੋਰੇ ਪਰਜਾ ਦੇ ਕੋਲੋਂ ਡਰਦੇ, ਝੱਟ ਫਾਂਸੀ ਦੇਣ ਲਈ ਤੁਰੇ 1 ਦਿਨ ਪਹਿਲਾਂ ਰੱਖਦੇ ਪੜਦੇ। ਜਿਨ੍ਹਾਂ ਦੇ ਸ਼ੌਂਕ ਵੱਲੇ ਉਹ ਲਾਉਂਦੇ ਨਾ ਬਹਾਨੇ, ਅੱਜ ਮੌਤ ਵਰਨ ਲਈ ਚੱਲੇ ਅਸਲ ਸਿੱਧ ਕੀ ਪਰਵਾਨੇ। ਇੱਕ ਲਾੜਾ ਤੇ ਦੋਸਰ ਵਾਲੇ ਕਦਮਾਂ ਨਾਲ ਕਦਮ ਮਿਲਾਉਂਦੇ, ਚਾਵਾਂ ਨਾਲ ਮਾਪਿਆਂ ਪਾੜੇ ਚੁੰਮ ਫਾਂਸੀ ਗੜ ਵਿੱਚ ਪਾਉਂਦੇ। ਓਏ ਅਮਰ ਸੂਰ ਨੇ ਬੱਲੇ ਜੋ ਗਏ ਨੇ ਬਦਲ ਜਮਾਨੇ, ਅੱਜ ਮੌਤ ਵਰਨ ਲਈ ਚੱਲੇ ਅਸਲ ਸਿੱਧ ਕੀ ਪਰਵਾਨੇ। ਮੌਤ ਵਰਨ ਲਈ ਚੱਲੇ ਅਸਲ ਸਿੱਧ ਕੀ ਪਰਵਾਨੇ। ਜੀ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਜੀ, ਸਮਾਂ ਦੇਣ ਦਾ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਸਰ ਕੇਵਲ ਸਿੰਘ ਜੀ, ਬਹੁਤ ਧੰਨਵਾਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਰਦਾਰ ਸੁਰਿੰਦਰ ਸਿੰਘ ਜੀ। ਹੈਲੋ ਜੀ। ਜੀ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਗਤਾਰ ਸਿੰਘ ਜੱਗੀ ਸਰਦਾਰ ਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਕੱਲ ਮੇਰੇ ਖਿਆਲ ਫਿਰ ਤੁਸੀਂ ਕੱਟਤਾ ਸੀ ਫੋਨ ਸ਼ਾਇਦ, ਨਾ? ਕੱਲ ਮੇਰਾ ਪਤਾ ਨਹੀਂ ਬੰਦ ਹੋ ਗਿਆ ਫੋਨ, ਫਿਰ ਮੁੜ ਕੇ ਲਾਇਆ ਤਾਂ ਫਿਰ ਗੱਲਾਂ ਬਹੁਤ ਹੋ ਗਈ। ਹਾਂਜੀ ਹਾਂਜੀ, ਫਿਰ ਉਹ ਫਿਰ ਸਵਾਲ ਪੁੱਛਣ ਵਾਲੇ ਡਾਕਟਰ ਸਾਹਿਬ ਨੂੰ ਕਾਫੀ ਹੋ ਗਈ। ਹੋਰ ਵਧੀਆ, ਠੀਕ ਠਾਕ ਜੀ? ਬਹੁਤ ਕਿਰਪਾ ਵਾਹਿਗੁਰੂ ਪਰਮਾਤਮਾ ਦੀ ਜੀ। ਕੱਲ ਵੈਸੇ ਦਿਨ ਜਿਵੇਂ ਅਸੀਂ ਕਹੀਏ ਇਨਕਲਾਬੀ ਯੋਧੇ ਦਾ ਸ਼ਹੀਦੀ ਦਿਹਾੜਾ ਸੀ, ਨਾਲ ਨਾਲ ਤੇ ਨਾਲ ਨਾਲ ਇਨਕਲਾਬੀ ਕਵੀ ਦੀ ਵੀ ਕੱਲ ਬਰਸੀ ਸੀ। ਹਾਂਜੀ, ਪਾਤਸ਼ਾਹ ਦੀ। ਹਾਂਜੀ ਹਾਂਜੀ ਹਾਂਜੀ, ਮਾੜਾ ਹੋਰ ਰੱਖਿਓ। ਹਾਂਜੀ ਸੁਰਿੰਦਰ ਸਿੰਘ ਜੀ, ਇਹ ਰੁੱਸਣ ਮਨਾਉਣ ਦੀ ਗੱਲ ਹੈ, ਕਦੇ ਰੁੱਸੇ ਤੁਸੀਂ ਕਿਸੇ ਵਿਆਹ 'ਚ? ਤੁਸੀਂ ਰੁੱਸੇ ਹੋ ਕਿ ਨਹੀਂ ਰੁੱਸੇ ਕਦੇ? ਵਿਆਹ ਵੂਹ ਦਾ ਰੁੱਸੇ ਨਹੀਂ, ਉੱਦਾਂ ਕਦੇ ਰੁੱਸਣਾ ਚਾਹੀਦਾ ਸੀ? ਅੱਛਾ, ਨਹੀਂ ਇੱਕ ਅਸੀਂ ਗੱਲ ਕਰਦੇ, ਜਿਹੜੀ ਆਪਾਂ ਗੱਲ ਕਰਦੇ ਸੀ, ਮੈਂ ਜਿਵੇਂ ਪੜ੍ਹਦੇ ਸੁਣਦੇ ਜੇ ਆਪਾਂ ਦੇਖਦੇ ਹਾਂ,
ਪਹਿਲੇ ਸਮੇਂ ਵਿੱਚ ਰੁਸਣਾ ਮਨਾਉਣਾ ਹੋਰ ਤਰ੍ਹਾਂ ਦਾ ਹੁੰਦਾ ਸੀ, ਅਸੀਂ ਜੇ 25-30 ਸਾਲ ਪਿੱਛੇ ਚੱਲ ਜਾਈਏ। ਹਾਂਜੀ ਹਾਂਜੀ। ਤੇ ਅੱਜ ਤਾਂ ਮਤਲਬ ਜਿਵੇਂ ਪੱਥਰ ਤੇ ਲਕੀਰ ਖਿੱਚਦੀ ਸੀ ਨਾ ਖਿੱਚੀ, ਫਿਰ ਤਾਂ ਇਹੋ ਜਿਹਾ ਮਾਹੌਲ ਹੋ ਗਿਆ। ਵੀ ਤਾਂ ਕੀ ਕਾਰਨ ਇਹਦਾ ਹੁੰਦਾ ਸੀ? ਫਿਰ ਜਦੋਂ ਨਾ ਉਹ ਰੁੱਸ ਜਾਂਦਾ ਸੀ, ਫਿਰ ਜਦੋਂ ਸਾਰਿਆਂ ਨੇ ਜਾਣਾ ਫਿਰ ਉਹਨੂੰ ਮੰਨ ਜਾਣਾ। ਮੰਨ ਜਾਂਦੇ ਸੀ। ਹੁਣ ਤਾਂ ਇੱਦਾਂ ਦਾ ਕੰਮ, ਇੱਕ ਵਾਰੀ ਰੁੱਸ ਗਿਆ ਤਾਂ ਬੰਦਾ ਗਿਆ, ਫਿਰ ਰੁੱਸਿਆ ਰਹਿ ਜਾਂਦਾ ਜੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਮਾਹੌਲ ਹੀ ਇੱਦਾਂ ਦਾ ਹੋ ਗਿਆ ਨਾ, ਮਨਾਉਣ ਵਾਲੇ ਵੀ ਹੁਣ ਫਿਰ ਓਨੀ ਕੋਸ਼ਿਸ਼ ਨਹੀਂ ਕਰਦੇ। ਅੱਗੇ ਤਾਂ ਫਿਰ ਸਾਰੇ ਮਨਾਉਣ ਤੁਰ ਪੈਂਦੇ ਸੀ ਨਾ। ਬਿਲਕੁਲ ਜੀ ਬਿਲਕੁਲ। ਹਾਂਜੀ। ਤੇ ਹੁਣ ਮਨਾਉਣ ਵਾਲੇ ਵੀ ਕਹਿੰਦੇ ਰੁੱਸ ਗਿਆ ਰੁੱਸ ਜਾਵੇ, ਅਸੀਂ ਇਹਤੋਂ ਕੀ ਲੈਣਾ। ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ। ਤੇ ਪਦਾਰਥਵਾਦੀ ਯੁੱਗ ਆ ਗਿਆ, ਅੱਗੇ ਲੋਕ ਇੱਕ ਦੂਜੇ ਨਾਲ ਜੁੜ ਕੇ ਰਹਿੰਦੇ ਸੀਗੇ, ਕਿ ਅੱਜ ਕੱਲ ਨਹੀਂ। ਅੱਜ ਕੱਲ ਤਾਂ ਇਕੱਲੇ ਰਹਿ ਕੇ ਰਾਜ ਨਹੀਂ, ਅੱਜ ਕੱਲ ਤਾਂ ਘਰੇ ਪਰਾਉਣਾ ਆ ਜੇ ਤਾਂ ਹੋ ਜਾਂਦਾ ਵੀ ਇਹ ਜਾਊਗਾ। ਬਿਲਕੁਲ ਜੀ ਬਿਲਕੁਲ। ਹਾਂਜੀ। ਤੇ ਤੁਸੀਂ ਉਹ ਮੋਹਨ ਲਾਲ ਦੀ, ਉਹ ਮਾਸਟਰ ਨਹੀਂ, ਉਹ ਇਕੱਲਾ ਮੋਹਨ ਲਾਲ ਆ ਸਾਡੇ ਪਰਾਂ ਤੋਂ ਸਵਾਲਣੇ ਦਾ ਮੁੰਡਾ ਆ ਉਹ। ਨਹੀਂ ਮਿਲਣਾ ਤਾਂ ਮਾਸਟਰ ਮੋਹਨ ਲਾਲ ਲਿਖਦਾ ਉਹ ਜਦੋਂ ਅਖਬਾਰਾਂ 'ਚ ਲਿਖਦਾ ਲੁਖਦਾ ਉਹ। ਮਾਸਟਰ ਮੋਹਨ ਲਾਲ ਲਿਖਦਾ ਉਹ? ਹਾਂ। ਅੱਛਾ, ਉਹ ਰਾਮਣੇ ਦਾ ਦੂਆ ਇੱਕ ਭਾਜਪਾ ਦਾ ਮਾਸਟਰ ਮੋਹਨ ਲਾਲ ਸੀ ਨਾ? ਇਹ ਭਾਜਪਾ ਦਾ ਹੀ ਹੈ ਇਹ? ਹੈਗਾ ਨਹੀਂ ਨਹੀਂ ਅਕਾਲੀਆਂ ਸੀਗਾ ਇਹ, ਬ੍ਰਾਹਮ ਤੋਂ ਆ ਮੋਹਨ ਲਾਲ ਜਿਹੜਾ ਉਹ ਸਵਰਨ ਤੋਂ ਮੁੰਡਾ ਹੈ, ਸਵਰਨ ਰਾਮ ਦਾ। ਅੱਛਾ 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 ਅੱਛਾ, ਸਵਰਨ ਰਾਮ ਦਾ ਮੁੰਡਾ ਹੈ। ਹਾਂ 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 ਜੀ, ਅਕਾਲੀਆਂ 'ਚੋਂ MLA ਬਣਿਆ ਸੀ ਸਾਡੇ ਬੰਗਿਆਂ ਤੋਂ। ਅੱਛਾ, ਨਹੀਂ BJP ਵਾਲਾ ਜਿਹੜਾ, ਉਹਦੀ ਗੱਲ ਕਰਦੇ ਆਪਾਂ। ਉਹ ਪਰੇ ਉਧਰੋਂ ਪਠਾਨਕੋਟ ਵਾਲੇ ਪਾਸੇ ਜੀ। ਹਾਂ ਜੀ ਹਾਂ ਜੀ, ਰਾਮਲੀਲਾ ਵੀ ਕਰ, ਹੋਰ ਮੰਤਰੀ ਵੀ ਰਿਹਾ ਇੱਕ ਵਾਰੀ। ਹਾਂ ਰਾਮਲੀਲਾ ਵੀ ਕਰਦਾ ਰਿਹਾ ਜਿਹੜਾ। ਹਾਂਜੀ ਹਾਂਜੀ ਹਾਂ। ਹਾਂ ਚਲੋ, ਬੜਾ ਹੋਲਡ ਰੱਖੋ ਤੇ ਉਸ ਤੋਂ ਬਾਅਦ ਆਪਾਂ ਸੁਣਾਓ ਜੀ ਕੁਝ, ਫਿਰ ਕੀ ਸੁਣਾਉਣਾ ਤੇ ਸਮਾਂ ਵੀ ਆਪਣਾ ਫਟਾਫਟ। ਹਾਂਜੀ ਜੀ, ਅੱਜ ਫਿਰ ਤੁਸੀਂ ਇਹਨਾਂ ਦੇ ਰੁੱਸਣ ਮਨਾਉਣ ਵਾਲੀ ਗੱਲ ਕਰ ਲੈਣੇ, ਭਗਤ ਸੋਹਣ ਦੀ ਗੱਲ ਪਰਸੋਂ ਨੂੰ ਕਰ ਲਾਂਗੇ। ਠੀਕ ਹੈ ਜੀ, ਠੀਕ ਹੈ ਠੀਕ ਹੈ, ਜ਼ਰੂਰ ਜਿਵੇਂ ਠੀਕ ਲੱਗਦਾ। ਕਹਿੰਦੇ ਮੇਲੇ ਰੋਣ ਵਿਚਾਰੇ, ਨਾ ਕੋਈ ਮੇਲਿਆਂ ਬਾਰੇ ਗੱਲ ਰਹਿ ਗਈ, ਰੌਣਕ ਲੱਭਦੇ ਕਿੱਥੋਂ ਅੱਜ ਕੱਲ੍ਹ, ਸਿਆਸਤ ਸਭ ਕੁਛ ਲੈ ਗਈ। ਬਿਲਕੁਲ ਬਿਲਕੁਲ, ਰੌਣਕ ਲੱਭਦੇ ਕਿੱਥੋਂ ਅੱਜ ਕੱਲ੍ਹ, ਸਿਆਸਤ ਸਭ ਕੁਛ ਲੈ ਗਈ, ਦਸਤਾਰ ਕੇਸਰੀ ਬੰਨ ਕੇ ਤੇ ਹੱਥ ਜੋੜ ਕੇ ਫਤਿਹ ਬੁਲਾਉਂਦੇ, ਸ਼ਹੀਦਾਂ ਦੇ ਜੋੜ ਮੇਲਿਆਂ ਤੇ ਲੀਡਰ ਕਿਵੇਂ ਸਟੇਜਾਂ ਲਾਉਂਦੇ। ਬਿਲਕੁਲ, ਮੇਲਾ ਕਿਉਂ ਲੱਗਦਾ, ਕੌਣ ਲਾਉਂਦਾ, ਨਾ ਗੱਲ ਕਿਸੇ ਦੀ ਕਰਦੇ, ਅੱਡੀਆਂ ਦੁਸ਼ਣਬਾਜ਼ੀ ਢਿੱਡ ਲਾਰਿਆਂ ਨਾਲ ਹੀ ਭਰਦੇ, ਉੱਥੇ ਦੂਰ ਦਰੇਡੇ ਗੱਡ ਕੇ ਝੰਡੇ ਆਪਣਾ ਪੰਥ ਬਣਾਉਂਦੇ, ਸ਼ਹੀਦਾਂ ਦੇ ਜੋੜ ਮੇਲਿਆਂ ਤੇ ਲੀਡਰ ਕਿਵੇਂ ਸਟੇਜਾਂ ਲਾਉਂਦੇ, ਹੱਦੋਂ ਵੱਧ ਗਈ ਰਿਸ਼ਵਤਖੋਰੀ, ਨਾ ਗੱਲ ਕਿਸੇ ਦੀ ਸੁਣਦੇ, ਹੱਦੋਂ ਵੱਧ ਗਈ ਰਿਸ਼ਵਤਖੋਰੀ, ਨਾ ਗੱਲ ਕਿਸੇ ਦੀ ਸੁਣਦੇ, ਬੜੇ ਛਮਾਹੀ ਦਲ ਬਦਲ ਕੇ ਨੇਤਾ ਨਵਾਂ ਫਿਰ ਚੁਣਦੇ, ਬੜੇ ਛਮਾਹੀ ਦਲ ਬਦਲ ਕੇ ਨੇਤਾ ਨਵਾਂ ਫਿਰ ਚੁਣਦੇ, ਬਹੁਮਤ ਮਿਲੇ ਨਾ ਕਿਸੇ ਨੂੰ ਫਿਰ ਪਿੱਛੋਂ ਪਛਤਾਉਂਦੇ, ਸ਼ਹੀਦਾਂ ਦੇ ਜੋੜ ਮੇਲਿਆਂ ਤੇ ਲੀਡਰ ਕਿਵੇਂ ਸਟੇਜਾਂ ਲਾਉਂਦੇ, ਹੱਥ ਜੋੜ ਕੇ ਬੂਟਾਂ ਮੰਗਦੇ ਗਲ ਵਿੱਚ ਪਰਨਾ ਪਾ ਕੇ, ਹੱਥ ਜੋੜ ਕੇ ਬੂਟਾਂ ਮੰਗਦੇ ਗਲ ਵਿੱਚ ਪਰਨੇ ਪਾ ਕੇ, ਰੰਗਲੇ ਇਸ ਪੰਜਾਬ ਮੇਰੇ ਨੂੰ ਰੱਖ ਲਿਆ ਡਰੂ ਬਣਾ ਕੇ, ਮੇਲੇ ਮੰਡੀ ਦਾ ਪਤਾ ਲੱਗੇ ਉੱਥੇ ਜਾ ਡਗਰੂ ਖੜਕਾਉਂਦੇ, ਸ਼ਹੀਦਾਂ ਦੇ ਮੇਲਿਆਂ ਦੇ ਕਿਵੇਂ ਸਟੇਜਾਂ ਲਾਉਂਦੇ, ਬਿਜਲੀ ਬੋਰਡ ਦੇ ਟੀਚਰ ਨਾ ਹੜਤਾਲਾਂ ਕਰਦੇ ਥੱਕਦੇ, ਪੁਲਿਸ ਮਹਿਕਮਾ ਬੱਸ ਕੰਡਕਟਰ ਪੇਸ਼ੇ ਖੂਬ ਨੇ ਵੱਟਦੇ, ਪੁਲਿਸ ਮਹਿਕਮਾ ਬੱਸ ਕੰਡਕਟਰ ਪੈਸੇ ਖੂਬ ਨੇ ਵੱਟਦੇ, ਕਰਦੇ ਨਾ ਕੰਟਰੋਲ ਤੇ ਬਜਟ 'ਚ ਘਾਟਾ ਫੇਰ ਦਿਖਾਉਂਦੇ, ਸ਼ਹੀਦਾਂ ਦੇ ਜੋੜ ਮੇਲਿਆਂ ਤੇ ਕਿਵੇਂ ਸਟੇਜਾਂ ਲਾਉਂਦੇ, ਦੇਵ ਘੋਲੀਏ ਵਾਲਾ ਸੱਚੀ ਖੋਲ ਸੁਣਾ ਗਿਆ ਸਾਖੀ, ਸਾਡੀ ਬਾੜ ਖੇਤ ਨੂੰ ਖਾਈ ਜਾਂਦੀ ਕੌਣ ਕਰੂਗਾ ਰਾਖੀ, ਸਾਡੀ ਬਾੜ ਖੇਤ ਨੂੰ ਖਾਈ ਜਾਂਦੀ ਕੌਣ ਕਰੂਗਾ ਰਾਖੀ, ਮੂੰਹੋਂ ਬੋਲਦੇ ਰਾਮ ਤੇ ਕੱਢ ਕੇ ਬਗਲੋਂ ਛੁਰੀ ਚਲਾਉਂਦੇ, ਸ਼ਹੀਦਾਂ ਦੇ ਜੋੜ ਮੇਲਿਆਂ ਤੇ ਲੀਡਰ ਕਿਵੇਂ ਸਟੇਜਾਂ ਲਾਉਂਦੇ, ਜੱਗੀ ਜੀ ਸ਼ਹੀਦਾਂ ਦੇ ਜੋੜ ਮੇਲਿਆਂ ਤੇ ਲੀਡਰ ਕਿਵੇਂ ਸਟੇਜਾਂ ਲਾਉਂਦੇ। ਬਿਲਕੁਲ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਤੁਹਾਡੀ, ਤੇ ਨਾਲ ਨਾਲ ਇੱਕ ਬ੍ਰੇਕ ਲੈ ਲੈਂਦੇ ਜੀ, ਬ੍ਰੇਕ ਤੋਂ ਬਾਅਦ ਫਿਰ ਕਾਲਾਂ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੁਸੀਂ ਕਾਲ ਕਰਕੇ ਕੋਈ ਵੀ ਆਪਣੀ ਗੱਲਬਾਤ ਜਿਹੜੀ ਹੈਗੀ ਆ, ਲੱਖਾਂ ਪੰਜਾਬੀ ਜਿਹੜੇ ਸੁਣਦੇ ਨੇ ਦੇਖਦੇ ਨੇ, ਉਹਨਾਂ ਨਾਲ ਸਾਂਝੀ ਕਰ ਸਕਦੇ ਹੋ। ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਜੀ। ਇੱਕ ਵਾਰ ਫਿਰ ਹਾਜ਼ਰ ਹਾਂ ਅਤੇ ਨਾਲ ਨਾਲ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਕਾਫੀ ਸਾਰੀਆਂ ਕਾਲਾਂ ਹੋਲਡ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ ਆਪਣਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਉਹ ਸਰ ਜੀ, ਪਹਿਲਾਂ ਵੀ ਤੁਹਾਨੂੰ ਮੈਂ ਕਰਿਆ ਸੀ ਆਉਣ ਤੁਹਾਡਾ ਫੋਨ, ਤੇ ਤੁਸੀਂ ਮੁੜ ਕੇ ਬੋਲੇ ਬਾਲੇ ਨਹੀਂ, ਤੇ ਫਿਰ ਮੈਨੂੰ ਹੋਲਡ ਕਰਨਾ ਪਿਆ। ਹਾਂਜੀ, ਫੋਨ ਕੱਟ ਹੋ ਗਿਆ ਸੀਗਾ। ਅੱਛਾ ਜੀ, ਹਾਂਜੀ, ਕੀ ਕਹਿਣਾ ਚਾਹੁੰਦੇ? ਹਾਂਜੀ, ਮੈਂ ਭਗਤ ਸਿੰਘ ਬਾਰੇ, ਰਾਜਗੁਰੂ ਸੁਖਦੇਵ ਬਾਰੇ ਗੀਤ ਲਿਖਿਆ, ਟਾਈਟਲ ਆ ਸ਼ਹਾਦਤਾਂ। ਜੀ ਜੀ, ਸੁਣਾਓ ਜੀ, ਜ਼ਰੂਰ ਛੋਟਾ ਰੱਖੋ, ਥੋੜ੍ਹਾ ਜਿਹਾ ਕੋਸ਼ਿਸ਼ ਕਰੋ। ਠੀਕ ਹੈ ਜੀ। ਭੁੱਲ ਨਾ ਜਾਇਓ ਉਹਨਾਂ ਦੀਆਂ ਕੁਰਬਾਨੀਆਂ, ਚੱਲ ਦੇ ਕਰ ਵੀਨਾ ਸੂਰ ਮੇਗ ਲੰਮੀਆਂ, ਭੁੱਲ ਨਾ ਜਾਇਓ ਉਹਨਾਂ ਦੀਆਂ ਕੁਰਬਾਨੀਆਂ, ਸੀਨੇ ਖਿੱਚ ਖਾਧੀ ਕਦੇ ਟਿਕ ਕੇ ਨਾ ਬਹਿੰਦੇ ਨੇ, ਲੱਖਾਂ ਦੁੱਖ ਮੁਸੀਬਤਾਂ ਵੀ ਸਹਿੰਦੇ ਨੇ, ਸੁਣ ਸੁਣ ਲੋਕਾਂ ਤਾਈਂ ਹੁੰਦੀਆਂ ਹੈਰਾਨੀਆਂ,
ਬਾਂਸੀਆਂ ਦੇ ਰੱਸੇ ਚੁੰਮੇ ਭਗਤ ਸਿੰਘ ਛੇਰਾਂ ਨੇ ਸੀ ਨਾ ਸੀ ਆਕੀ ਉਹਨਾਂ ਮਰਦ ਦਲੇਰਾਂ ਨੇ ਹੱਸ ਹੱਸ ਸੀਸ ਵਾਲੇ ਸਿਰਾਂ ਨੇ ਅਦਨੀਆਂ ਚੱਲਦੇ ਕਦੇ ਵੀ ਨਾ ਸੂਰਮੇ ਗੁਲਾਮੀਆਂ ਦੇਸ਼ ਲਈ ਸ਼ਹੀਦ ਹੋਏ ਮਰਨਾ ਹੈ ਮੁੱਲ ਦਾ ਦੁਨੀਆਂ ਚ ਨਾ ਕੀਤਾ ਰੋਸ਼ਨ ਕੁੱਲ ਦਾ ਜਮਸ਼ੇਰ ਵਾਹ ਜੀ ਵਾਹ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਧੰਨਵਾਦ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਰਾਜਕੁਮਾਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰਦਾਰ ਸਰਦਾਰ ਸਿੰਘ ਜੱਗੀ ਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਾਡਾ ਇੱਧਰ ਦਾ ਬਣਦਾ ਪ੍ਰੋਗਰਾਮ ਸ਼ਾਇਦ, ਅਤੇ ਤੁਹਾਨੂੰ ਕਰਾਂਗੇ ਫੋਨ, ਦਰਸ਼ਨ ਮਿਲੇ ਕਰਾਂਗੇ ਉੱਥੇ। ਮਾੜਾ ਹੋਰ ਰੱਖੋ, ਮਾੜਾ ਜੀ। ਮੈਂ ਕਿਹਾ ਸਾਡਾ ਉੱਧਰ ਦਾ ਪ੍ਰੋਗਰਾਮ ਬਣਦਾ ਤੁਹਾਡੇ ਏਰੀਏ ਦਾ, ਜੇ ਆਏ ਤਾਂ ਤੁਹਾਨੂੰ ਫੋਨ ਕਰਾਂਗੇ, ਫਿਰ ਦਰਸ਼ਨ ਮਿਲੇ ਕਰਾਂਗੇ ਤੁਹਾਡੇ। ਹਾਂਜੀ, ਸਾਡੇ ਇਲਾਕੇ ਜਾਓਗੇ? ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ। ਹਾਂ ਨਹੀਂ, ਬਣਾਵਾਂਗੇ ਪ੍ਰੋਗਰਾਮ। ਅਤੇ ਕੀ ਕਹਿਣਾ ਚਾਹੁੰਦੇ ਜੀ ਅੱਜ ਦੇ, ਕਦੇ ਰੋਸ਼ਨ ਮਨਾਉਣ ਦੀ ਕਦੇ ਕਿਸੇ ਨਾਲ ਗੱਲਬਾਤ ਹੋਈ ਹੈ, ਕੋਈ ਰਿਸ਼ਤੇਦਾਰ ਕਦੇ ਵਿਆਹਾਂ ਸ਼ਾਦੀਆਂ ਦੇ ਵਿੱਚ? ਅੱਛਾ, ਬਹੁਤ ਵਧੀਆ ਲੰਘਿਆ ਜਾਂਦਾ ਟਾਈਮ, ਬਹੁਤ ਸੋਹਣਾ। ਚਲੋ ਵਧੀਆ ਜੀ, ਵਧੀਆ, ਬਹੁਤ ਵਧੀਆ। ਚਲੋ ਮਿਹਰਬਾਨੀ, ਮਿਹਰਬਾਨੀ, ਬਹੁਤ ਮਿਹਰਬਾਨੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਹੈਲੋ, ਹਾਂਜੀ ਧੀਰ ਸਾਹਿਬ, ਸਤਿ ਸ਼੍ਰੀ ਅਕਾਲ, ਆਉਂਦੇ ਰਹੋ। ਮਾੜੇ ਹੋਰ ਰੱਖਿਓ ਜੀ, ਇੱਕ ਮਿੰਟ 'ਚ ਹੁਣੇ ਤੁਹਾਨੂੰ ਵਾਪਸ ਲੈਣਾ ਮੈਂ। ਹਾਂਜੀ ਧੀਰ ਸਾਹਿਬ, ਹਾਂਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਰਦਾਰ ਜਗਤਾਰ ਸਿੰਘ ਜੀ, ਤੁਹਾਨੂੰ ਤੇ ਸਾਰੇ ਭੈਣਾਂ ਭਰਾਵਾਂ ਨੂੰ ਜੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਜੀ, ਕੀ ਕਹਿਣਾ ਚਾਹੁੰਦੇ ਜੀ? ਅੱਛਾ, ਮੈਂ ਤਾਂ ਚਾਹੁੰਦਾ ਸੀ ਕਿ ਤੁਸੀਂ ਅੱਜ ਪੂਰਾ ਵਿਸ਼ਾ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਉਹਨਾਂ ਤੇ ਰੱਖਦੇ। ਨਹੀਂ, ਕੱਲ੍ਹ ਰੱਖਿਆ ਸੀ, ਕੱਲ੍ਹ ਫਿਰ ਅੱਧਾ ਕੁ ਰੱਖਿਆ ਸੀਗਾ, ਅਤੇ ਕੱਲ੍ਹ ਫਿਰ ਵਿੱਚੇ ਫਿਰ ਡਾਕਟਰ ਸਾਹਿਬ ਦਾ ਆ ਗਿਆ ਕੰਮ। ਚਲੋ ਕੋਈ ਨਹੀਂ, ਹਾਂਜੀ ਤੁਸੀਂ ਕਰੋ ਗੱਲ, ਅੱਜ ਮੈਂ ਰੱਖਿਆ ਨਾਲ ਜ਼ਰੂਰ। ਕੱਲ੍ਹ ਦੇ ਇੰਨੇ ਕੁ ਟਾਈਮ 'ਚ ਕਿੱਥੋਂ ਗੱਲ ਹੁੰਦੀ ਹੈ? ਬਿਲਕੁਲ ਜੀ ਬਿਲਕੁਲ। ਅੱਛਾ, ਅਸੀਂ ਲੋਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਗੱਲਾਂ ਦਾ ਕਰਦੇ ਹਾਂ, ਕੀ ਕਦੀ ਕਿਸੇ ਨੇ ਉਹਨਾਂ ਦੀ ਲਿਖਤ ਪੜ੍ਹੀ ਆ? ਜੀ ਪੜ੍ਹੀ ਹੋਏਗੀ ਬਹੁਤ। ਕਿਤਾਬਾਂ ਮੇਰੇ ਕੋਲ ਇੱਥੇ ਘਰ ਦੋ ਕਿਤਾਬਾਂ ਨੇ, ਤੇ ਪਹਿਲਾਂ ਮੈਂ ਵੀ ਐਵੇਂ ਬੋਲੀ ਜਾਣਾ, ਗੀਤ ਗਾਈ ਜਾਣੇ, ਇੱਕ ਅੰਗਰੇਜ਼ੀ 'ਚ ਆ, ਇੱਕ ਪੰਜਾਬੀ 'ਚ। ਉਹਦੇ ਵਿੱਚ ਜੋ ਕੁਛ ਉਹਨੇ ਲਿਖਿਆ, ਦਿਮਾਗ ਖੁੱਲ ਜਾਂਦਾ ਬੰਦੇ ਦਾ। ਕਿਹੜੀਆਂ ਕਿਹੜੀਆਂ ਦੋ ਨੇ ਜੀ ਧੀਰ ਸਾਹਿਬ, ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰ ਲਓ। ਕਿਹੜੀਆਂ, ਇੱਕ ਤਾਂ ਹੈਗੀ ਹੈ ਮੈਂ ਨਾਸਤਿਕ ਕਿਉਂ ਆ ਇੰਗਲਿਸ਼ ਦੇ ਵਿੱਚ ਇਹ? ਹਾਂਜੀ ਵਾਹ। ਤੇ ਦੂਸਰੀ ਪੰਜਾਬੀ ਦੀ ਆ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ। ਤੇ ਅੱਛਾ, ਉਹਦੇ ਵਿੱਚ ਦੇਖੋ, ਮੈਂ ਜਦੋਂ ਪੜ੍ਹਿਆ ਨਾ, ਕਿ ਜਦੋਂ ਉਸਨੂੰ ਫਾਂਸੀ ਦੇਣ ਲੱਗੇ ਲਾਹੌਰ ਦੇ ਵਿੱਚ ਸੈਂਟਰਲ ਜੇਲ੍ਹ 'ਚ, ਤੇ ਉਹ ਕਹਿੰਦਾ ਵੀ ਜਿਹੜਾ ਸੀਗਾ ਆਪਣੇ ਜਿਹੜਾ ਦਰੋਗਾ ਖੰਨਾ, ਉਹ ਮੈਨੂੰ ਕਹਿੰਦਾ ਬਈ ਤੂੰ ਵਾਹਿਗੁਰੂ ਦਾ ਨਾਂ ਲੈ। ਕਹਿੰਦਾ ਮੈਂ ਉਹਨੂੰ ਕਿਹਾ, ਮੈਂ ਸਾਰੀ ਜ਼ਿੰਦਗੀ ਮੈਂ ਰੱਬ ਨੂੰ ਨਹੀਂ ਮੰਨਿਆ, ਤੇ ਅੱਜ ਤੂੰ ਮੈਨੂੰ ਇਹ ਕਹਿਣਾ ਵਾਹਿਗੁਰੂ ਦਾ ਨਾਂ ਲੈ, ਲੋਕੀ ਮੈਨੂੰ ਕੀ ਕਹਿਣਗੇ? ਤੂੰ ਇਹ ਡਰਪੋਕ ਸੀ, ਇਸ ਕਰਕੇ ਰੱਬ ਦਾ ਨਾਂ ਲੈਂਦਾ, ਵਾਹਿਗੁਰੂ ਦਾ ਨਾਂ ਲੈਂਦਾ? ਤੇ ਉਹ ਕਹਿੰਦਾ ਨਹੀਂ, ਇਹ ਨਹੀਂ ਹੋਣਾ, ਕਿਉਂਕਿ ਉਹਦੀ ਵਜ੍ਹਾ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ। ਉਸ ਤੋਂ ਬਾਅਦ ਜਿਹੜਾ ਜਲਾਲ ਫਿੱਡੂ ਸੀ, ਉਹਨੇ ਉਹਦੇ ਉਹਨਾਂ ਦੇ ਗਲਾਂ ਵਿੱਚ ਤਿੰਨਾਂ ਦੇ ਰੱਸੇ ਪਾਏ। ਇਹ ਜਲਾਲ ਫਿੱਡੂ ਉਸੇ ਅਣਸ ਦੇ ਵਿੱਚੋਂ ਸੀ, ਜਿਹਦੀ ਅਣਸ ਚੋਂ ਜਲਾਲ ਖਿੱਡੂ ਸੀ, ਜਿਹਨੇ ਪੂਰਨ ਭਗਤ ਨੂੰ ਆਪਣੇ ਸਲਮਾਨ ਜਿਹੜਾ ਸੀਗਾ ਸਿਆਲਕੋਟ ਦਾ ਰਾਜਾ ਸਰਵਾਹਨ, ਉਹਦੇ ਪੁੱਤ ਨੂੰ ਟੋਟੇ ਟੋਟੇ ਕਰਕੇ ਖੂਹ ਸੁੱਟਤਾ ਸੀ, ਉਹਦੀ ਅਣਸ ਤੋਂ ਵਿੱਚੋਂ ਸੀ ਇਹ। ਅੱਛਾ, ਅੱਗੇ ਚੱਲ ਕੇ ਲਿਖ ਰਿਹਾ ਵੀ ਮੈਂ ਕਿਉਂ ਨਾਸਤਿਕ ਬਣਿਆ? ਮੇਰਾ ਬਾਪ ਆਰੀਆ ਸਮਾਜੀ ਸੀ, ਤੇ ਮੇਰਾ ਪਿਤਾ ਸਰਦਾਰ ਕਿਸ਼ਨ ਸਿੰਘ, ਉਹ ਰੱਬ ਨੂੰ ਮੰਨਦਾ ਸੀ। ਤੇ ਉਹਦਾ ਕਾਰਨ ਕੀ ਆ? ਕਹਿੰਦਾ ਜੋ ਮੈਂ ਦੁਨੀਆਂ ਦੇ ਵਿੱਚ ਕਾਣੀ ਵੰਡ ਦੇਖੀ, ਚਾਰੇ ਤਰਫੇ ਲੁੱਟ ਮੱਚੀ ਹੋਈ, ਜਿੱਦਾਂ ਅੱਜ ਵੀ ਲੁੱਟ ਮੱਚੀ ਹੈ ਦੁਨੀਆਂ 'ਚ,
ਕਹਿੰਦਾ ਵੀ ਮੈਂ ਦੇਖਿਆ ਕਿ ਇੱਕ ਪਾਸੇ ਤਾਂ ਬਕਿੰਗਮ ਪੈਲਸ ਵਰਗੇ ਉਹ ਲੋਕ ਨੇ ਜਿਹੜੇ ਐਡੇ ਐਡੇ ਮਹਿਲ ਸੱਤ ਅੱਠ ਮਹਿਲ ਇੰਗਲੈਂਡ ਦੇ ਵਿੱਚ ਬਣੇ ਹੋਏ ਨੇ ਸਾਡੇ ਤੇ ਹਕੂਮਤਾਂ ਕਰਦੇ ਨੇ, ਦੂਜੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੂੰ ਟੁੱਟੀ ਹੋਈ ਜੁੱਤੀ ਵੀ ਨਹੀਂ ਮਿਲਦੀ ਔਰ ਪਲੇਟਫਾਰਮਾਂ ਤੇ ਸੌਂਦੇ ਨੇ, ਉਹਨਾਂ ਦਾ ਕੀ ਕਸੂਰ? ਕੀ ਰੱਬ ਉਹਨਾਂ ਵੱਲ ਨੀ ਦੇਖਦਾ? ਬਿਲਕੁਲ ਬਿਲਕੁਲ ਜੀ ਬਿਲਕੁਲ। ਕੀ ਨਾ ਰਾਜੇ ਮਹਾਰਾਜਿਆਂ ਵੱਲ ਨੀ ਦੇਖਦਾ ਤੇ ਉਹਨਾਂ ਵੱਲ ਨੀ ਦੇਖਦਾ? ਜੀ ਬਿਲਕੁਲ। ਅਸੀਂ ਕਹਿੰਦਾ ਕਿਸਮਤ ਤੇ ਦੋਸ਼ ਲਾਉਂਦੇ ਹਾਂ, ਕਿਉਂ? ਰੱਬ ਨੇ ਸਾਡੀ ਕਿਸਮਤ ਵੀ ਉਹਨਾਂ ਵਰਗੀ ਕਿਉਂ ਨੀ ਲਿਖੀ? ਜੀ ਅਸੀਂ ਕਿਰਤ ਕਰਦੇ ਹਾਂ, ਮਿਹਨਤ ਕਰਦੇ ਹਾਂ, ਮਜ਼ਦੂਰੀ ਕਰਦੇ ਹਾਂ, ਪਰ ਸਾਨੂੰ ਸਾਡੀ ਕਿਰਤ ਦਾ ਮੁੱਲ ਕਿਉਂ ਨੀ ਮਿਲਦਾ? ਜੀ ਬਿਲਕੁਲ ਜੀ ਬਿਲਕੁਲ ਜੀ ਸਾਹਿਬ, ਬਹੁਤ ਵਧੀਆ ਗੱਲ ਵੀ ਦੇਖ ਲਓ। ਨਹੀਂ ਦੂਜੀ ਜਿਹੜੀ ਤੁਸੀਂ ਦੂਜੀ ਪੰਜਾਬੀ ਦੀ ਕਿਤਾਬ ਦੀ ਗੱਲ ਕੀਤੀ, ਉਹ ਕਿਸੇ ਨੇ ਲਿਖੀ ਹੈ? ਭਗਤ ਸਿੰਘ ਜੀ ਦੀਆਂ ਲਿਖਤਾਂ ਨੇ, ਉਹਦੇ 'ਚ ਕੀ ਹੈ? ਉਹਦੇ ਵਿੱਚ ਤਾਂ ਲਿਖਦਾ ਵੀ ਦੇਖੋ ਇਹ ਜਿਹੜੇ ਅੰਗਰੇਜ਼ ਨੇ ਗੋਰੇ ਉਹ ਚਲੇ ਜਾਣਗੇ, ਬਾਅਦ 'ਚ ਕਾਲੇ ਆ ਜਾਣਗੇ, ਫਰਕ ਕੋਈ ਨਹੀਂ ਪੈਣਾ। ਜੀ ਬਿਲਕੁਲ ਬਿਲਕੁਲ। ਅੰਗਰੇਜ਼ਾਂ ਨਾਲੋਂ ਅੱਜ ਦੀ ਜਿਹੜੀ ਸਰਕਾਰ ਆ ਇੰਡੀਆ ਦੀ ਬਹੁਤ ਜ਼ਿਆਦਾ ਭੈੜੀ ਆ। ਹਾਂਜੀ, ਪੰਜ ਮਹੀਨੇ ਹੋ ਗਏ ਦਿੱਲੀ ਦੇ ਵਿੱਚ ਬੈਠਿਆ ਨੂੰ, ਕੋਈ ਕਿਸੇ ਨੂੰ ਕਹਿੰਦੇ ਆ ਜੀ ਲੋਕ ਰਾਜ। ਲੋਕ ਰਾਜ ਕਿਹੜਾ? ਲੋਕਾਂ ਤੋਂ ਵੋਟਾਂ ਲੈ ਲੈਂਦੇ ਨੇ, ਬਾਅਦ ਦੇ ਵਿੱਚ ਡਾਂਗਾਂ ਭਰਾਉਂਦੇ ਨੇ ਲੋਕੀ। ਕੋਈ ਪੱਤਰਕਾਰ ਉੱਥੇ ਗੱਲ ਨੀ ਕਰ ਸਕਦਾ, ਜੇ ਕੋਈ ਗੱਲ ਕਰਦਾ ਤਾਂ ਉਹਨੂੰ ਚੁੱਕ ਕੇ ਜੇਲ੍ਹ 'ਚ ਸੁੱਟ ਦਿੰਦੇ ਨੇ, ਉੱਥੇ ਲਿਜਾ ਕੇ ਉਹਦਾ ਬੁਰਾ ਹਾਲ ਕਰਦੇ ਨੇ। ਜੀ ਮਿਹਰਬਾਨੀ ਧੀਰ ਸਾਹਿਬ, ਬਹੁਤ ਤੁਹਾਡੀ ਬਹੁਤ ਮਿਹਰਬਾਨੀ। ਓਕੇ ਜੀ, ਬਹੁਤ ਧੰਨਵਾਦ ਜੀ। ਨਾਲ ਨਾਲ ਬ੍ਰੇਕ ਕਲੈਂਪ ਹੈਗੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ ਜੀ। ਸਾਡੇ ਦਰਸ਼ਕ ਜਿਹੜੇ ਨੇ ਪੰਜਾਬੀ ਘਰਾਂ 'ਚ ਬੈਠੇ ਜੁੜੇ ਰਹੋ ਜਸ ਪੰਜਾਬੀ ਦੇ ਨਾਲ, ਮਿਲਦੇ ਹਾਂ ਬ੍ਰੇਕ ਤੋਂ। ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੈ ਜੀ, ਅੱਗੇ ਕਾਲਾਂ ਦਾ ਸਿਲਸਿਲਾ ਨਹੀਂ ਜਾਰੀ ਰੱਖਣਾ। ਅਤੇ ਗੱਲ ਜਿਹੜੀ ਅਸੀਂ ਕੀਤੀ ਸੀ ਕਾਲਾਂ, ਇਹ ਮੱਲ ਸਾਹਿਬ ਦੀ ਵਾਰ ਵਾਰ ਕਾਲ ਆ ਰਹੀ, ਚਲੋ ਇਹਨਾਂ ਦੀ ਕਾਲ ਇੱਕ ਆਪਾਂ ਲੈ ਲੈਂਦੇ ਹਾਂ, ਥੋੜ੍ਹਾ ਜਿਹਾ ਸਮਾਂ ਓਵਰ ਹੋ ਜਾਏਗਾ। ਜੀ ਮੱਲ ਸਾਹਿਬ, ਤੁਸੀਂ ਕਾਫੀ ਵਾਰ ਕਾਲ ਆਈ ਅਤੇ ਕਾਫੀ ਵਾਰ ਕੱਟੀ ਗਈ, ਅਤੇ ਸਵਾਗਤ ਹੈ ਤੁਹਾਡਾ। ਜੱਗੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਹਾਡੀ ਕਾਲ ਮੇਰੇ ਖਿਆਲ ਕਈ ਵਾਰੀ ਆਈ ਅਤੇ ਕਈ ਵਾਰੀ ਮੇਰੇ ਲੜ ਵਿੱਚੋਂ ਕੱਟੀ ਗਈ। ਹਾਂਜੀ, ਕੀ ਕਹਿਣਾ ਚਾਹੁੰਦੇ? ਹਾਂਜੀ, ਮੈਂ ਕਿਹਾ ਜੀ ਭਗਤ ਸਿੰਘ ਦੀ ਸ਼ਹਾਦਤ ਉੱਤੇ ਮੈਂ ਸ਼ਹੀਦੋਂ ਕੀ ਚਿਤਾਓਂ ਪਰ ਲੱਗੇਂਗੇ ਹਰ ਵਰਸ ਮੇਲੇ। ਜੀ ਵਤਨ ਪੇ, ਸ਼ਹੀਦੋਂ ਕੀ ਚਿਤਾਓਂ ਪਰ ਲੱਗੇਂਗੇ ਹਰ ਵਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾ ਹੋਗਾ। ਜੀ ਬਿਲਕੁਲ ਬਿਲਕੁਲ। ਭਗਤ ਸਿੰਘ ਨੇ ਕਿਹਾ ਸੀਗਾ ਜੀ ਵੀ ਜਦੋਂ ਤੱਕ ਬੰਦੇ ਦੀ ਲੁੱਟ ਬੰਦੇ ਕੋਲੋਂ ਬੰਦ ਨਹੀਂ ਹੁੰਦੀ ਉਦੋਂ ਤੱਕ ਮੇਰਾ ਜਿਹੜਾ ਸੰਘਰਸ਼ ਜਾਰੀ ਰਹੇਗਾ। ਬਿਲਕੁਲ 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 ਜੀ ਬਿਲਕੁਲ। ਤੁਸੀਂ ਮੈਨੂੰ ਮਾਰ ਸਕਦੇ ਹੋ ਪਰ ਮੇਰੀ ਸੋਚ ਨੂੰ ਨਹੀਂ ਮਾਰ ਸਕਦੇ। ਜੀ ਇੱਕ ਮਿੰਟ ਦੇ ਵਿੱਚ ਜੀ ਮੈਂ ਇੱਕ ਲਾਈਨਾਂ ਥੋੜੀਆਂ ਲਿਖੀਆਂ ਜੀ, ਸੁਣਾ ਸਕਦਾ? ਜੀ ਸੁਣਾ ਦਿਓ, ਚਲੋ ਸੁਣਾ ਦਿਓ, ਥੋੜੀਆਂ ਰੱਖਿਓ ਫਿਰ ਸਮਾਂ। ਭਗਤ ਸਿੰਘ ਜਿਹੇ ਸੂਰਮੇ ਨਿਤ ਨਿਤ ਨਹੀਂ ਜੰਮਦੇ, ਅਣਖ ਆਜ਼ਾਦੀ ਵਾਸਤੇ ਜੋ ਹੱਥ ਫਾਂਸੀ ਚੜ੍ਹਦੇ। ਰਾਜਗੁਰੂ ਸੁਖਦੇਵ ਨੇ ਸੀ ਪੂਰਾ ਸਾਥ ਨਿਭਾਇਆ, ਛੱਡ ਜਾਓ ਭਾਰਤ ਗੋਰਿਓ ਸੀ ਇੱਕ ਨਾਰਾ ਲਾਇਆ। ਕੁਰਬਾਨੀ ਲੱਖਾਂ ਵੀਰਾਂ ਦੀਆਂ ਨੇ ਰੰਗ ਵਿਖਾਇਆ, ਹੋਇਆ ਮੁਲਕ ਆਜ਼ਾਦ ਨਿਜ਼ਾਮ ਨਹੀਂ ਲੋਕਾਂ ਪਾਇਆ। ਸੁਪਨੇ ਉਹਨਾਂ ਸ਼ਹੀਦਾਂ ਦੇ ਰਹਿ ਗਏ ਅਧੂਰੇ, ਭ੍ਰਿਸ਼ਟਾਚਾਰ ਕਾਣੀ ਵੰਡ ਨੇ ਪੱਕੇ ਲਾ ਲਏ ਡੇਰੇ। ਜੀ ਤਕੜਾ ਹੋਰ ਅਮੀਰ ਹੁੰਦਾ ਗਰੀਬ ਥੱਲੇ ਨੂੰ ਜਾਵੇ, ਧਨ ਸਾਧਨ ਹੱਥ ਘਰਾਣਿਆ ਸਰਮਾਏਦਾਰੀ ਦੱਬ ਲਏ ਸਾਰੇ। ਜੀ ਕੋਈ ਨਾ ਕਿਸੇ ਨੂੰ ਪੁੱਛਦਾ ਗੁੰਡਾ ਗਰਦੀ ਖੈਲੀ, ਬੇਰੁਜ਼ਗਾਰੀ ਬੇਇਨਸਾਫੀ ਕਹਿਰਾਂ ਦੀ ਲੀਡਰ ਖੇਲਣ ਹੋਲੀ। ਜੀ ਮੀਡੀਆ ਵਿੱਚ ਇਹ ਦੱਸਦੇ ਸਾਡੀ ਵਿਸ਼ਵ 'ਚ ਝੰਡੀ, ਸੱਚ ਬੋਲਣ ਵਾਲਿਆਂ ਦੀ ਇੱਥੇ ਜਿੰਦ ਸੂਲੀ ਟੰਗੀ। ਜੀ ਅਸਲੀ ਮੁੱਦੇ ਛੱਡ ਕੇ ਕਰੋੜਾਂ ਬੁੱਤਾਂ ਤੇ ਲੱਗੇ, ਕੌਣ ਕਹੇ ਰਾਣੀ ਨੂੰ ਕਿ ਉਹ ਅੱਗਾ ਟੱਕੇ। ਦੇਸ਼ ਮੇਰੇ ਦੇ ਵਾਰਸੋ ਉੱਠੋ ਮਾਰੋ ਹੰਭਲਾ, ਸਾਫ ਸੁਥਰਾ ਹੈ ਕਰਨਾ ਜੋ ਇਹ ਸਿਸਟਮ ਗੰਧਲਾ, ਮੁਲਕ ਦੇ ਕਾਬਜ ਫਾਸ਼ੀਓ ਇਹਨੂੰ ਸਹੀ ਚਲਾਓ, ਹੋਸ਼ ਕਰੋ ਤੇ ਸੰਭਲ ਜਾਓ ਮੇਰਾ ਦੇਸ਼ ਬਚਾਓ। ਸੰਵਿਧਾਨ ਸਜੀਵ ਦੀ ਬੂਟੀ ਜਿਸ ਵਿੱਚ ਨੁਕਤੇ ਭਾਰੇ, ਇਸ ਨੂੰ ਲਾਗੂ ਪੂਰਾ ਕਰੋ ਸੁਖੀ ਰਹਿਣਗੇ ਸਾਰੇ, ਮਲ ਨੇ ਹੋਕਾ ਦੇਈ ਜਾਣਾ ਜਦ ਤੱਕ ਸਾਹ ਹੈ ਚੱਲਦਾ, ਸੋਨੇ ਦੀ ਚਿੜੀ ਹੈ ਤੜਫਦੀ ਚੁੱਪ ਰਿਹਾ ਨਹੀਂ ਸਰਦਾ। ਬਿਲਕੁਲ ਜੀ ਬਿਲਕੁਲ, ਥੈਂਕ ਯੂ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਤੁਹਾਡੀ। ਨਾਲ ਨਾਲ ਪ੍ਰੋਗਰਾਮ ਦਾ ਸਮਾਂ ਤਾਂ ਕਾਫੀ ਖਤਮ ਹੋ ਗਿਆ, ਤੁਹਾਡੇ ਕੋਲ ਉੱਪਰ ਹੀ ਚਲੇ ਗਿਆ, ਉਮੀਦ ਕਰਦਾ ਚੰਗਾ ਲੱਗਿਆ ਹੋਵੇਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com, ਫੇਸਬੁੱਕ ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਨਾਲ ਦੀ ਨਾਲ ਸੈੱਲ ਨੰਬਰ ਮੇਰੇ 200-9453 ਵਟ ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਸਾਰੇ ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ।